ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮੱਚ ਸਾਰੇ ਇਕੱਠੇ ਹੋਣ ਵਾਸਤੇ ਇਸ ਆਵਰ ਵਿੱਚ, ਇਸ ਘੜੀ ਦੇ ਵਿੱਚ, ਯੂ ਨੋ ਇਕੱਠੇ ਬੈਠਦੇ ਹਾਂ ਸੋਚ ਕੇ ਕਿ ਕਿਸੇ ਦਾ ਸਵਾਲ ਪੁੱਛਣਾ ਹੈ, ਸੁਣਨਾ ਹੈ, ਯੂ ਨੋ ਐਡਵਾਈਸ ਕਰਨੀ ਹੈ। ਅੱਜ ਇੱਕ ਯੰਗ ਕੁੜੀ ਆਪਣੀ ਮਦਰ ਨਾਲ ਇਹ ਸ਼ੋਅ ਦੇਖ ਰਹੀ ਹੈ ਔਰ ਉਹਨਾਂ ਦੀ ਥੋੜ੍ਹੀ ਜਿਹੀ ਡਿਫਰੈਂਸ ਆਫ ਓਪੀਨੀਅਨ ਹੈ। ਸੋ ਕੁੜੀ ਨੇ ਸਾਨੂੰ ਅਪਰੋਚ ਕੀਤਾ ਔਰ ਕਿਹਾ ਕਿ ਸ਼ੀ ਇਜ਼ 26, ਡੂਇੰਗ ਵੈਰੀ ਵੈਲ, ਆਪਣਾ ਪੜ੍ਹ ਲਿਖ ਕੇ ਜੋਬ ਕਰ ਰਹੀ ਹੈ ਐਂਡ ਇਸ ਵੇਲੇ ਗੱਲਬਾਤ ਚੱਲ ਰਹੀ ਹੈ ਇੰਗੇਜਮੈਂਟ ਦੀ। ਇੱਕ ਜਗ੍ਹਾ 'ਤੇ ਰਸ਼ ਤਾਂ ਪੱਕਾ ਹੋ ਰਿਹਾ, ਆਪਸ ਵਿੱਚ ਮਿਲ ਰਹੇ ਹੈ, ਕਿਸੇ ਹੋਰ ਨੇ ਬਰਾਦਰੀ 'ਚੋਂ ਮਿਲਾਇਆ, ਬਟ ਕਹਿ ਰਹੀ ਹੈ ਕਿ ਮੈਨੂੰ ਮੁੰਡਾ ਬਹੁਤ ਅੱਛਾ ਲੱਗ ਰਿਹਾ ਐਂਡ ਆਈ ਰੀਅਲੀ ਲਾਈਕ ਹਿਮ ਔਰ ਅਸੀਂ ਹਾਲੇ ਵੀ ਵਾਂਟ ਸਮ ਮੋਰ ਟਾਈਮ, ਪਰ ਪੇਰੈਂਟਸ ਆਪਸ 'ਚ ਇੰਗੇਜਮੈਂਟ ਦੀ ਵੀ ਗੱਲ ਕਰਨ ਲੱਗ ਗਏ ਹੈ, ਸਭ ਕੁਛ ਠੀਕ ਲੱਗ ਰਿਹਾ, ਮਤਲਬ ਫੈਮਿਲੀ ਵੀ, ਆਪ ਵੀ। ਬਟ ਮੈਂ ਆਪਣੀ ਮਦਰ ਨਾਲ ਬੈਠੇ ਹੋਈ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ, ਮੇਰੇ ਮਦਰ ਪੇਰੈਂਟਸ ਸਭ ਨੂੰ ਪਤਾ ਹੈ ਕਿ ਮੈਂ 21 ਈਅਰ ਜਦੋਂ ਓਲਡ ਸੀਗੀ, 21 ਸਾਲ ਦੀ ਉਮਰ 'ਚ ਮੇਰਾ ਇੱਕ ਬੋਏਫ੍ਰੈਂਡ ਸੀਗਾ, 2-2.5 ਸਾਲ ਸਾਡਾ ਅੱਛਾ ਯੂ ਨੋ ਦੋਸਤੀ ਰਹੀ ਔਰ ਉਸ ਤੋਂ ਬਾਅਦ ਬ੍ਰੇਕਅਪ ਹੋ ਗਿਆ। ਉਸ ਤੋਂ ਬਾਅਦ ਮੈਂ ਕਾਫੀ ਹਾਰਟ ਬ੍ਰੋਕਨ ਸੀ, ਮੁੜ ਕੇ ਬਹੁਤ ਮੈਂ ਪੜ੍ਹਾਈ ਵੱਲ ਵੀ ਪੂਰਾ ਧਿਆਨ ਦਿੱਤਾ, ਮੈਨੂੰ ਲੱਗਿਆ ਕਿ ਨਹੀਂ, ਯੂ ਨੋ ਬੋਇਜ਼ ਐਂਡ ਆਲ ਕੁਛ ਨਹੀਂ ਚਾਹੀਦਾ, ਬਟ ਦੈਨ ਯੂ ਨੋ ਇਟ ਵਾਜ਼ ਓਕੇ, ਦ ਟਾਈਮ ਵਾਜ਼ ਦ ਬਿਗੈਸਟ ਹੀਲਰ ਔਰ ਉਸ ਤੋਂ ਬਾਅਦ ਯੂ ਨੋ ਹੁਣ ਮੈਂ ਜਾ ਕੇ ਆਈ ਵਾਜ਼ ਰੈਡੀ ਕਿ ਹਾਂ ਕਿਸੇ ਨਾਲ ਰਿਸ਼ਤੇ ਦੀ ਗੱਲ ਕਰਦੇ ਹਾਂ ਐਂਡ ਜਦੋਂ ਇਹਨਾਂ ਨੂੰ ਮਿਲੀ ਹਾਂ ਬਹੁਤ ਹੀ ਅੱਛਾ ਲੱਗ ਰਿਹਾ ਹੈ, ਹੀ ਇਜ਼ ਰੀਅਲੀ ਨਾਈਸ, ਆਈ ਐਮ ਫੋਲਿੰਗ ਇਨ ਲਵ ਵਿਦ ਹਿਮ, ਐਵਰੀ ਟਾਈਮ ਆਈ ਮੀਟ ਹਿਮ ਮੈਨੂੰ ਹੋਰ ਇਹ ਪਸੰਦ ਆਉਂਦੇ ਹੈ। ਬਟ ਹੁਣ ਜੋ ਸਵਾਲ ਹੈ ਉਹਨਾਂ ਦਾ, ਉਹ ਕਹਿੰਦੇ ਨੇ ਕਿ ਮੈਂ ਆਪਣੀ ਮਦਰ ਨੂੰ ਕਹਿ ਰਹੀ ਸੀ ਕਿ ਮੈਂ ਆਪਣਾ ਜਿਹੜਾ 21 ਸਾਲ ਦੀ ਉਮਰ 'ਤੇ ਜਿਹੜਾ ਮੇਰਾ ਰਿਸ਼ਤੇ, ਇੱਕ ਰਿਲੇਸ਼ਨਸ਼ਿਪ ਸੀਗੀ, ਮੈਂ ਉਹਦੇ ਬਾਰੇ ਮੈਂ ਜ਼ਰੂਰ ਦੱਸਣਾ ਹੈ ਉਹਨੂੰ। ਸੋ ਮਦਰ ਸੇਇੰਗ ਕਿ ਨਹੀਂ, ਉਹ ਨਹੀਂ ਦੱਸਣਾ ਚਾਹੀਦਾ, ਕੁਛ ਨਹੀਂ ਉਹਦੇ ਬਾਰੇ ਕਹਿਣ ਦੀ ਲੋੜ, ਜ਼ਿਆਦਾ ਤੋਂ ਜ਼ਿਆਦਾ ਕਿ ਹਾਂ ਇੱਕ ਪਸੰਦ ਸੀਗਾ ਐਂਡ ਬਹੁਤ ਦੇਰ ਹੋ ਗਈ ਉਸ ਚੀਜ਼ ਨੂੰ, ਗੱਲ ਖਤਮ ਹੋ ਗਈ, ਇਸ ਤੋਂ ਜ਼ਿਆਦਾ ਕੁਛ ਨਹੀਂ ਕਹਿਣਾ। ਸੋ ਸ਼ੀ ਇਜ਼ ਸੇਇੰਗ ਕਿ ਮੈਨੂੰ ਲੱਗਦਾ ਕਿ ਨਹੀਂ, ਇਸ ਤਰ੍ਹਾਂ ਯੂ ਨੋ ਅਗਰ ਅਸੀਂ ਇੱਕ ਉੱਥੋਂ ਰਿਸ਼ਤਾ ਸ਼ੁਰੂ ਕਰ ਰਹੇ ਹਾਂ ਜਿੱਥੇ ਓਪਨ ਕਮਿਊਨੀਕੇਸ਼ਨ ਹੋਏ, ਦੋਨੋਂ ਇੱਕ ਦੂਜੇ ਨਾਲ ਗੱਲ ਕਹਿ ਸਕਣ, ਅਤੇ ਮੈਨੂੰ ਵੀ ਇਸ ਤੋਂ ਪਤਾ ਲੱਗੇਗਾ ਕਿ ਉਹਦੀ ਮੈਂਟੈਲਿਟੀ ਕਿਸ ਤਰ੍ਹਾਂ ਹੈ, ਅਗਰ ਉਹ ਇੰਨੀ ਪੁਰਾਣੀ ਗੱਲ ਔਰ ਇੰਨੀ ਯੂ ਨੋ ਸਿੰਪਲ ਗੱਲ ਨੂੰ ਅਗਰ ਉਹ ਨਹੀਂ ਸੁਣ ਸਕਦਾ ਤਾਂ ਮਤਲਬ ਉਹ ਕੀ ਸੋਚਦਾ ਹੈ, ਮੈਨੂੰ ਵੀ ਉਹਦੇ ਬਾਰੇ ਪਤਾ ਲੱਗੇ ਔਰ ਉਹਨੂੰ ਵੀ ਮੇਰੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸੋ ਸ਼ੀ ਸੇਇੰਗ ਕਿ ਮੇਰੇ ਮਦਰ ਦਾ ਤਾਂ ਇਹੀ ਓਪੀਨੀਅਨ ਹੈ ਕਿ ਨਹੀਂ ਦੱਸਣ ਦੀ ਲੋੜ, ਬਟ ਸਾਰੀਆਂ ਮਾਵਾਂ ਕਿਉਂਕਿ ਗੱਲਬਾਤ 'ਤੇ ਬੈਠਦੀਆਂ ਨੇ, ਕਈ ਅੰਕਲਸ ਵੀ ਬੈਠਦੇ ਨੇ, ਸੋ ਪਲੀਜ਼ ਮੈਨੂੰ ਦੱਸੋ ਕਿ ਤੁਹਾਡੇ ਸਾਰਿਆਂ ਦਾ ਕੀ ਪੁਆਇੰਟ ਆਫ ਵਿਊ ਹੈ, ਦੱਸਣਾ ਚਾਹੀਦਾ ਹੈ, ਨਹੀਂ ਦੱਸਣਾ ਚਾਹੀਦਾ, ਜੇ ਦੱਸਣਾ ਚਾਹੀਦਾ ਤਾਂ ਕਿੰਨਾ ਦੱਸਣਾ ਚਾਹੀਦਾ ਹੈ ਔਰ ਕੋਈ ਵੀ ਪਾਸਟ ਐਕਸਪੀਰੀਅੰਸ ਬਾਰੇ ਇਸ ਤਰ੍ਹਾਂ ਦੇ। ਸੋ ਜ਼ਰੂਰ ਕਾਲ ਕਰੋ, ਆਈ ਨੋ ਇਟਸ ਐਨ ਇੰਟਰਸਟਿੰਗ ਕੁਐਸਚਨ ਔਰ ਅੱਜ ਦੀ ਦੁਨੀਆ ਦੇ ਵਿੱਚ ਕੋਈ ਯੂ ਨੋ ਵੀ ਰੀਅਲੀ ਹੈਵ ਟੂ ਸੀ, ਦੇਖੋ ਇੱਥੇ ਦੋ ਜਨਰੇਸ਼ਨਸ ਜਿਹੜੇ ਕਿ ਨੋਟ ਓਨਲੀ ਕੋਈ ਹੁੰਦਾ ਨਾ ਫੋਕਸ ਗਰੁੱਪ ਕੇ, ਬੜੇ ਸਾਰੇ ਬੰਦੇ ਇਕੱਠੇ ਬੈਠੇ ਹੈ, ਇੱਥੇ ਇੱਕ ਮਿੰਟ ਦੇਖਿਆ ਜਾਏ ਤਾਂ ਮਾਵਾਂ ਅਤੇ ਧੀਆਂ ਦੋਨੋਂ ਬੈਠੀਆਂ ਨੇ ਔਰ ਦੋਨਾਂ ਦਾ ਡਿਫਰੈਂਸ ਆਫ ਓਪੀਨੀਅਨ ਹੈ, ਦੋਨੋਂ ਦੋ ਡਿਫਰੈਂਟ ਜਨਰੇਸ਼ਨ ਗਰੁੱਪਸ 'ਚੋਂ ਹੈ, ਡਿਫਰੈਂਟ ਟਾਈਮ ਦੇ ਯੂ ਨੋ ਵੱਡੇ ਹੋਏ ਨੇ, ਡਿਫਰੈਂਟ ਜਗ੍ਹਾ 'ਤੇ ਵੀ ਵੱਡੇ ਹੋਏ ਨੇ, ਸ਼ਾਇਦ ਮਦਰ ਜਿਹੜੀ ਹੈ ਉਹ ਇੰਡੀਆ ਤੋਂ ਜ਼ਿਆਦਾ ਹੋਈ ਹੈ, ਸੋ ਵਿਆਹ ਤੋਂ ਕੁਛ ਦੇਰ ਬਾਅਦ ਉਹ ਇੱਥੇ ਆਏ ਨੇ ਔਰ ਬੱਚੀ ਪ੍ਰੋਬਲੀ 1-2 ਸਾਲ ਦੀ ਸੀਗੀ ਜਦੋਂ ਇੱਥੇ ਆਈ। ਸੋ ਯੂ ਨੋ ਇੱਕ ਜਗ੍ਹਾ ਦੀ ਵੀ ਡਿਫਰੈਂਸ ਹੈ, ਜਨਰੇਸ਼ਨ ਦਾ ਡਿਫਰੈਂਸ ਹੈ, ਕੰਟਰੀ ਦਾ ਡਿਫਰੈਂਸ ਹੈ, ਪਿੱਛੇ ਕਲਚਰ ਦਾ ਬੜਾ ਫਰਕ ਹੈ ਕਿ ਕਿਸ ਤਰ੍ਹਾਂ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਡੀਲ ਕਰਨਾ। ਸੋ ਰਾਈਟ ਨਾਓ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ? ਅੱਜ ਕੱਲ੍ਹ ਜਦੋਂ ਬੱਚੇ ਯੂ ਨੋ ਰਿਸ਼ਤੇ 'ਚ ਪੈ ਰਹੇ ਹੈ, ਅਸੀਂ ਟੋਟਲੀ ਐਗਰੀ ਕਰਦੇ ਹਾਂ ਕੁੜੀ ਦੇ ਨਾਲ ਕਿ ਹਾਂ, ਅਸੀਂ ਗੱਲਬਾਤ 'ਤੇ ਵੀ ਹਮੇਸ਼ਾ ਕਹਿੰਦੇ ਹਾਂ ਕਿ ਪਾਰਟਨਰਸ ਦੇ ਨਾਲ ਓਪਨ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ, ਯੂ ਨੋ ਇਹ ਗੱਲ ਕਰ ਸਕਣਾ ਆਪਣੀ, ਉਹ ਇੱਕ ਚੈਨਲ ਜਿਹੜਾ ਹੈਗਾ ਉਹ ਖੁੱਲ੍ਹਾ ਹੋਣਾ ਚਾਹੀਦਾ, ਇੱਕ ਯੂ ਨੋ ਇਸ ਚੀਜ਼ ਦੀ ਕੰਫਰਟ ਲੈਵਲ ਹੋਣਾ ਚਾਹੀਦਾ, ਇੱਕ ਰੈਪੋ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਗੱਲ ਕਹਿ ਸਕੋ, ਦੂਜੇ ਦੀ ਸੁਣੋ। ਬਟ ਖਾਸ ਤੌਰ 'ਤੇ ਆਪਣੇ ਐਕਸ ਰਿਲੇਸ਼ਨਸ਼ਿਪ, ਆਪਣੇ ਐਕਸ ਬੋਏਫ੍ਰੈਂਡ ਜਾਂ ਫਿਰ ਕੋਈ ਇੰਟੀਮੇਟ ਰਿਲੇਸ਼ਨਸ਼ਿਪ ਜਾਂ ਫਿਰ ਯੂ ਨੋ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਸ਼ੇਅਰ ਕਰਨੀ ਚਾਹੀਦੀ ਹੈ, ਕਿੰਨੀ ਕੁ ਕਰਨੀ ਚਾਹੀਦੀ ਹੈ, ਇਸ ਬਾਰੇ ਅੱਜ ਗੱਲ ਕਰ ਰਹੇ ਹਾਂ। ਜ਼ਰੂਰ ਆਪਣੀ ਯੂ ਨੋ ਜੋ ਤੁਸੀਂ ਸੋਚਦੇ ਹੋ ਉਹ ਜ਼ਰੂਰ ਸ਼ੇਅਰ ਕਰੋ, ਸੋਚ ਕੇ ਰੱਖੋ, ਕਿਉਂਕਿ ਆਫਕੋਰਸ ਟਾਈਮ ਬਦਲ ਗਿਆ ਹੈ,
ਸ਼ਾਇਦ ਮਦਰ ਦਾ ਜਿਹੜਾ ਜਨਰੇਸ਼ਨ ਸੀ ਉਹਦੇ ਵਿੱਚ ਕਦੀ ਕਦੀ ਇੰਜ ਹੁੰਦਾ ਸੀਗਾ, ਹੁਣ ਐਵਰੀਬਡੀ ਹੈਜ਼ ਅ ਰਿਲੇਸ਼ਨਸ਼ਿਪ ਐਂਡ ਦੈਨ ਦੇ ਮੂਵ ਫੋਰਵਰਡ। ਸੋ ਉਹੀ ਉਹ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਸਮਝਣਾ ਪਏਗਾ ਸਾਨੂੰ ਕਿ ਇਸ ਜਨਰੇਸ਼ਨ ਦੇ ਵਿੱਚ ਬੱਚਿਆਂ ਦੇ ਉਸ ਰਿਲੇਸ਼ਨਸ਼ਿਪ ਬਿਲਕੁਲ ਨਾ ਹੋਣਾ, ਉਹਨੂੰ ਕੋਈ ਕ੍ਰੈਡਿਟ ਮਿਲਦਾ ਹੈ ਕਿ ਜਦ ਤੱਕ ਤੁਹਾਡਾ ਵਿਆਹ ਨਾ ਹੋਏ ਕੋਈ ਰਿਲੇਸ਼ਨਸ਼ਿਪ ਨਹੀਂ ਹੋਣਾ ਚਾਹੀਦਾ, ਜਾਂ ਫਿਰ ਤੁਸੀਂ ਡੀਲ ਕਿਵੇਂ ਕਰਦੇ ਹੋ ਆਪਣੇ ਫਰੈਂਡਸ ਨਾਲ ਜਾਂ ਆਪਣੇ ਲਵ ਇੰਟਰਸਟ ਨਾਲ, ਤੁਸੀਂ ਕਿਸ ਤਰ੍ਹਾਂ ਪੇਸ਼ ਆਉਂਦੇ ਹੋ, ਉਹ ਜ਼ਿਆਦਾ ਮਾਇਨੇ ਰੱਖਦਾ ਹੈ। ਜਾਂ ਫਿਰ ਜੇ ਬ੍ਰੇਕਅਪ ਹੋਇਆ ਹੈ ਤਾਂ ਫਿਰ ਤੁਸੀਂ ਕਿਵੇਂ ਡੀਲ ਕੀਤਾ ਉਹਦੇ ਨਾਲ ਔਰ ਕਿਉਂ ਹੋਇਆ ਬ੍ਰੇਕਅਪ, ਇਹ ਸਾਰੀਆਂ ਚੀਜ਼ਾਂ। ਸੋ ਕਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਹੈ ਅੱਜ ਦੇ ਯੁੱਗ ਵਿੱਚ, ਕੱਲ੍ਹ ਕਿਹੜੀ ਇੰਪੋਰਟੈਂਟ ਸੀਗੀ, ਉਹ ਵੀ ਸਾਨੂੰ ਇੱਕ ਤਰ੍ਹਾਂ ਨਾਲ ਥੋੜ੍ਹਾ ਮਾਈਂਡਫੁਲ ਹੋਣਾ ਪਏਗਾ ਉਹਦੇ ਬਾਰੇ। ਯੂ ਨੋ, ਇਸ ਚੀਜ਼ ਦਾ ਥੋੜ੍ਹਾ ਜਿਹਾ ਚੇਤੇ ਵਿੱਚ ਇਹ ਰੱਖਣਾ ਪਏਗਾ ਕਿ ਯੁੱਗ ਬਦਲਿਆ। ਸੋ ਜ਼ਰੂਰ ਮੈਂ ਕਹਾਂਗੀ ਕਿ ਸਾਰਿਆਂ ਨੂੰ ਮੈਂ ਇਨਵਾਈਟ ਕਰੀ ਹਾਂ ਕਿ ਕਾਲ ਜ਼ਰੂਰ ਕਰੋ, ਸੋਚ ਕੇ ਰੱਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਪ੍ਰਿਸਾਈਜ਼ਲੀ ਆਪਣਾ ਯੂ ਨੋ ਜਵਾਬ ਜ਼ਰੂਰ ਦਿਓ, ਤਾਂ ਕਿ ਆਈ ਐਮ ਥੈਂਕਫੁਲ ਟੂ ਦਿਸ ਗਰਲ, ਸ਼ੀ ਬ੍ਰੌਟ ਦਿਸ ਕੁਐਸਚਨ ਟੂ ਅਸ, ਬਿਕੋਜ਼ ਇਹ ਬੜੀ ਕਾਮਨ ਗੱਲ ਹੈ। ਯੂ ਨੋ, ਆਮ ਤੌਰ 'ਤੇ ਕੁੜੀਆਂ ਇਹ ਜ਼ਰੂਰ ਸੋਚਦੀਆਂ ਹੋਣੀਆਂ ਨੇ, ਮਾਵਾਂ ਮਾਂ ਪਿਓ ਯੂ ਨੋ ਕੁੜੀਆਂ ਵਿਆਹਣ ਵੇਲੇ, ਮੁੰਡੇ ਵਿਆਹਣ ਵੇਲੇ ਜ਼ਰੂਰ ਸੋਚਦੇ ਹੋਣੇ ਹੈ। ਸੋ ਅਸੀਂ ਥੋੜ੍ਹਾ ਜਿਹਾ ਕੰਪੇਅਰ ਵੀ ਕਰ ਸਕਦੇ ਹਾਂ ਕਿ ਜੇ ਮੁੰਡਾ ਇਸ ਦੀ ਸਿਚੁਏਸ਼ਨ ਤੁਹਾਡੇ ਕੋਲ, ਮਤਲਬ ਮੁੰਡੇ ਦੀ ਸਿਚੁਏਸ਼ਨ 'ਚ ਹੋ ਤਾਂ ਤੁਸੀਂ ਕੀ ਕਹੋਗੇ, ਕੁੜੀ ਦੀ ਸਿਚੁਏਸ਼ਨ 'ਚ ਹੋ ਤਾਂ ਕੀ ਕਹੋਗੇ। ਜ਼ਰੂਰ ਇਸ ਚੀਜ਼ ਬਾਰੇ ਥੋੜ੍ਹਾ ਹੋਰ ਵਿਸਤਾਰ ਨਾਲ ਗੱਲ ਕਰਦੇ ਹਾਂ, ਇੰਜ ਕਰਦੇ ਹਾਂ, ਤੁਸੀਂ ਸੋਚ ਕੇ ਰੱਖ ਲਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਾਲ ਜ਼ਰੂਰ ਕਰੋ। ਮੈਂ ਇੱਕ ਲੈਂਦੀ ਹਾਂ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ, ਗੱਲ ਹੋ ਰਹੀ ਹੈ ਇਸ ਕੁੜੀ ਨਾਲ, ਨਾਲ ਉਹਦੇ ਮਦਰ ਵੀ ਸੁਣ ਰਹੇ ਹੈ ਸਾਡੀ ਸਾਰਾ ਯੂ ਨੋ ਪ੍ਰੋਗਰਾਮ, ਐਂਡ ਪੁੱਛ ਰਹੇ ਹੈ, ਕੁੜੀ ਕਹਿੰਦੀ ਹੈ ਕਿ ਮੈਂ ਆਪਣੇ ਪਾਸਟ ਰਿਲੇਸ਼ਨਸ਼ਿਪ ਬਾਰੇ ਮੁੰਡੇ ਨਾਲ, ਜਿਨ੍ਹਾਂ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ, ਇੰਗੇਜਮੈਂਟ ਹੋਣ ਵਾਲੀ ਹੈ, ਉਹਨਾਂ ਨੂੰ ਸਭ ਕੁਝ ਦੱਸਦਾ। ਮਾਂ ਕਹਿੰਦੀ ਹੈ ਕਿ ਨਹੀਂ ਨਹੀਂ ਦੱਸੋ, ਕੁਛ ਜ਼ਿਆਦਾ ਨਹੀਂ ਦੱਸੋ। ਸੋ ਤੁਸੀਂ ਕੀ ਕਹਿੰਦੇ ਹੋ, ਜ਼ਰੂਰ ਸ਼ੇਅਰ ਕਰੋ। ਲੈਟਸ ਸੀ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਜਸਪ੍ਰੀਤ, ਦੱਸੋ ਕੀ ਕਹੋਗੇ। ਥੈਂਕ ਯੂ। ਮੈਂ ਕਹਾਂਗੀ ਬੜਾ ਅੱਛਾ ਸਵਾਲ ਹੈਗਾ। ਮੈਂ ਵੀ ਸੋਚਦੀ ਆ ਇਸ ਯੁੱਗ ਦਾ, ਜੋ ਬੱਚੇ ਇਸ ਮੁਲਕ ਦੇ ਵਿੱਚ ਪਾਲੇ ਹੈਗੇ ਆ ਨਾ ਜੀ, ਅੱਜ ਕੱਲ ਮੈਂ ਅੰਡਰਸਟੈਂਡ ਕਰ ਸਕਦੀ ਆ ਕੁੜੀ ਦੇ ਨਾਲ, ਬਿਕਾਜ਼ ਮੈਂ ਵੀ ਬਹੁਤ ਛੋਟੀ ਉਮਰ ਸੀ ਜਦੋਂ ਇੱਥੇ ਆਈ ਆ ਜੀ, ਤੇ ਟਾਈਮ ਹੁਣ ਚੇਂਜ ਹੋ ਗਿਆ। ਤੇ ਮੈਂ ਕਹਾਂਗੀ ਹੁਣ ਮੈਂ ਜੋ ਮੇਰੀਆਂ ਬੇਟੀ ਦੀਆਂ ਫਰੈਂਡਸ, ਮੈਨੂੰ ਪਤਾ ਲੱਗਦਾ ਐਵਰੇਜ ਜਿਹੜੀ ਹੁਣ 21 ਸਾਲ ਦੀ ਸੀਗੀ ਜੀ, ਨਾਲੇ ਪਤਾ ਸੀਰੀਅਸ ਰਿਲੇਸ਼ਨਸ਼ਿਪ ਸੀਗਾ, ਕਾਲਜ ਬੱਚੇ ਪ੍ਰੋਬਬਲੀ ਜੂਨੀਅਰ ਸੀਨੀਅਰ ਹੋਣਗੇ, ਜਦੋਂ ਕਈਆਂ ਦਾ ਪਹਿਲਾ ਸੀਰੀਅਸ ਰਿਲੇਸ਼ਨਸ਼ਿਪ ਹੁੰਦਾ ਜੀ, ਉਸ ਤੋਂ ਪਹਿਲਾਂ ਚਲੋ ਹਾਈ ਸਕੂਲ ਜਾਂ ਯੂ ਨੋ ਕ੍ਰਸ਼ ਜਾਂ ਬ੍ਰੇਕਅਪ ਚਲੋ ਮੈਂ ਵੀ ਡੇਟ ਕੀਤਾ ਹੋਇਆ ਕਈਆਂ ਨੂੰ, ਪਰ ਸੀਰੀਅਸ ਰਿਲੇਸ਼ਨਸ਼ਿਪ ਐਵਰੇਜ ਮੈਂ ਲਾਉਂਦੀ ਹਾਂ ਇਸ ਏਜ ਵਿੱਚ ਹੁੰਦਾ। ਤੇ ਮੈਂ ਅੰਡਰਸਟੈਂਡ ਕਰ ਸਕਦੀ ਹਾਂ ਕੁੜੀ ਦੇ ਨਾਲ ਬਈ ਇਹ ਕਲੀਨ ਸਲੇਟ, ਓਪਨ ਬੁੱਕ, ਟਰਸਟ, ਯੂ ਵਾਂਟ ਟੂ ਕਮ ਕਲੀਨ, ਤੇ ਇਹ ਮੈਂ ਇਹਦੇ ਨਾਲ ਅਗਰੀ ਕਰਦੀ ਹਾਂ, ਸ਼ੇਅਰ ਕਰਨਾ ਚਾਹੀਦਾ ਹੈਗਾ। ਓਕੇ, ਕਿਉਂਕਿ ਹੁਣ ਅਸੀਂ ਨਹੀਂ ਦੱਸਦੇ, ਕਿਉਂ ਨਹੀਂ ਦੱਸਦੇ ਹੈਗੇ, ਬਿਕਾਜ਼ ਸਾਨੂੰ ਡਰ ਹੈਗਾ ਮੇ ਬੀ ਰਿਸ਼ਤਾ ਟੁੱਟ ਜੂਗਾ ਜਾਂ ਪਤਾ ਨੀ ਉਹ ਕਿਸ ਤਰ੍ਹਾਂ ਲੈਣਗੇ, ਬਈ ਮੇਰੇ ਬੋਏਫ੍ਰੈਂਡ ਸੀਗੇ ਜਾਂ ਰਿਸ਼ਤਾ ਸੀਗਾ ਕੋਈ, ਵਟ ਆਰ ਮਤਲਬ ਅਸੀਂ ਇੰਨਾ ਡਰਦੇ ਹੈਗੇ ਰਾਈਟ ਜੀ, ਮਤਲਬ ਪੇਰੈਂਟਸ ਦੀ ਜੋ ਰਿਜ਼ਰਵੇਸ਼ਨਸ ਹੈ ਉਹ ਕੁੜੀਆਂ ਦੇ ਪੁਆਇੰਟ ਆਫ ਵਿਊ ਨਾਲ ਬਿਲਕੁਲ ਡਿਫਰੈਂਟ ਹੈ ਰਾਈਟ। ਤੇ ਮਤਲਬ ਹੁਣ ਜੇ ਮੁੰਡੇ ਦਾ ਕੋਈ ਸੀਰੀਅਸ ਰਿਲੇਸ਼ਨਸ਼ਿਪ ਸੀਗਾ, ਕੀ ਇਹ ਕੁੜੀ ਵੀ ਜੇ ਉਹਨੇ ਇਹਨੂੰ ਦੱਸਿਆ ਇਹ ਕਿਸ ਤਰ੍ਹਾਂ ਲਏਗੀ, ਮੈਂ ਵੀ ਇੱਕ ਦੋ ਸੀਰੀਅਸ ਜੇ ਹਾਊ ਵੁੱਡ ਸ਼ੀ ਫੀਲ, ਮਤਲਬ ਸ਼ੀ ਵੁੱਡ ਵਾਂਟ ਟੂ ਨੋ ਬਈ ਜੇ ਯੂ ਨੋ, ਤੇ ਜਿੰਨਾ ਇਹ ਕੰਫਰਟੇਬਲ ਫੀਲ ਕਰਦੀ ਹੈ ਨਾ ਉਹਨੂੰ ਦੱਸਣਾ, ਤੇ ਉਹਦਾ ਫਿਰ ਜੋ ਉਹ ਕੁਐਸਚਨ ਪੁੱਛਣਾ ਚਾਹੁੰਦਾ ਇਹਨੂੰ, ਜਿੰਨਾ ਉਹ ਚਾਹੁੰਦਾ ਹੈਗਾ ਜਾਣਨਾ, ਇੱਥੇ ਹੀ ਉਹ ਕਲੀਅਰ ਹੋਣਾ ਚਾਹੀਦਾ। ਪਰ ਬਾਰ ਬਾਰ ਮਤਲਬ ਉਸੇ ਗੱਲ ਤੇ ਰੀਵਿਜ਼ਿਟ ਨਹੀਂ ਕਰਨਾ ਚਾਹੀਦਾ, ਪਾਸਟ ਦੇ ਵਿੱਚ ਯੂ ਨੋ ਜਿਹੜੀਆਂ ਗੱਲਾਂ ਕਰਨੀਆਂ ਹੈਗੀਆਂ ਕਲੀਅਰਲੀ
ਇੱਕ ਵਾਰੀ ਬੈਠ ਕੇ ਕਰ, ਠੀਕ ਹੈ? ਮਤਲਬ ਓਪਨਲੀ ਕਰ ਲੈਣ, ਦੱਸ ਦੇਣਾ ਚਾਹੀਦਾ। ਬਹੁਤ ਵਧੀਆ, ਥੈਂਕ ਯੂ ਜਸਪ੍ਰੀਤ। ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਨੇ, ਕਿਉਂਕਿ ਯੂ ਨੋ ਸ਼ੀ ਹੈਜ਼ ਇਜ਼ ਟਰਾਈਂਗ ਟੂ ਅੰਡਰਸਟੈਂਡ ਬੋਥ ਦ ਸਾਈਡਸ। ਹੈਲੋ, ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸਰਜੀਤ ਬੋਲਦੀ ਹਾਂ। ਹਾਂਜੀ ਸੁਜੀਤ ਜੀ, ਦੱਸੋ ਕੀ ਕਹਿੰਦੇ ਹੋ। ਹਾਂਜੀ, ਮੇਰੇ ਜੋ ਮੈਂ ਸੋਚਦੀ ਹਾਂ, ਵੈਸੇ ਵੀ ਇੱਥੋਂ ਦਾ ਜੋ ਹਿਸਾਬ ਕਿਤਾਬ ਆ ਜੀ, ਕਿਉਂਕਿ ਲੜਕੀ ਨੂੰ ਜਾਂ ਮਾਂ ਨੂੰ ਸਾਰੀ ਗੱਲ ਡਿਟੇਲ ਦੱਸ ਦੇਣੀ ਚਾਹੀਦੀ, ਕਿਉਂਕਿ ਬਾਅਦ ਵਿੱਚ ਆ ਕੇ ਕਿਸੇ ਨਾ ਕਿਸੇ ਨੂੰ ਪਤਾ ਤਾਂ ਲੱਗ ਹੀ ਜਾਂਦਾ ਆ ਕੀ ਹੋਇਆ ਕੀ ਨਹੀਂ। ਮੇਰੀ ਦੋਹਰੀ ਦਾ ਵੀ ਇਹੀ ਹਿਸਾਬ ਸੀ, 6 ਸਾਲ ਰਹਿ ਇਕੱਠੇ, ਬਹੁਤ ਇਹਨਾਂ ਦਾ ਸਾਨੂੰ ਵੀ ਮੁੰਡਾ ਚੰਗਾ ਲੱਗਦਾ, ਮੁੰਡਾ ਹਿੰਦੂ ਸੀਗਾ ਤੇ ਸਾਰੇ ਸਾਨੂੰ ਕਹਿੰਦੇ ਕੀ ਗੱਲ ਤੁਹਾਨੂੰ ਕੋਈ ਜੱਟਾਂ ਦਾ ਕੋਈ ਮੁੰਡਾ ਨੀ ਲੱਭਾ, ਪਰ ਅਸੀਂ ਕਿਹਾ ਵੀ ਚਲੋ ਦੋਵੇਂ ਜਾਣੇ ਠੀਕ ਆ, ਠੀਕ ਹੈ। ਪਰ ਉਸ ਮੁੰਡੇ ਦੀ ਮਾਂ ਕਹਿੰਦੀ ਵੀ ਮੈਂ ਕੁੰਡਲੀ ਮਿਲਾਉਣੀ ਆ, ਓਕੇ, ਤੇ ਕੁੰਡਲੀ ਜਿਹੜੀ ਆ ਉਹ ਉਹਦੀ ਮਿਲੀ ਨੀ ਤੇ ਮਾਂ ਅਪਸੈਟ ਹੋ ਗਈ, ਤੇ ਉਹ ਮੁੰਡਾ ਕਹੇ ਵੀ ਨਹੀਂ ਮੈਂ ਵਿਆਹ ਕਰਾਉਣਾ ਕਰਾਉਣਾ, ਪਰ ਮੁੜ ਕੇ ਫਿਰ ਸਾਡੀ ਕੁੜੀ ਨੇ ਕਹਿਤਾ ਵੀ ਨਹੀਂ ਤੁਸੀਂ ਇਕੱਲਾ ਇਕੱਲਾ ਮੁੰਡਾ, ਕੱਲ ਨੂੰ ਕੁਛ ਹੋ ਜਾਵੇ ਫਿਰ ਮੇਰਾ ਕੀ ਬਣੂਗਾ, ਠੀਕ ਹੈ। ਸੋ ਇਸ ਕਰਕੇ ਮੇਰੇ ਤਾਂ ਖਿਆਲ ਚ ਬਤਾ ਦੇਣਾ ਚਾਹੀਦਾ, ਠੀਕ ਹੈ, ਬਹੁਤ ਵਧੀਆ। ਸੋ ਇਹਨਾਂ ਨੇ ਦੂਸਰੀ ਜਗ੍ਹਾ ਜਦੋਂ ਹੋਇਆ ਤੇ 10 ਤਾਂ ਲਾਈਕ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਹਾਂਜੀ, ਨਹੀਂ ਦੱਸਣਾ ਚਾਹੀਦਾ ਹੈ। ਅੱਛੀ, 10 ਅਸੀਂ ਵੀ 10 ਦਿੱਤਾ ਸੀਗਾ ਜਦੋਂ ਦੂਜੀ ਜਗ੍ਹਾ ਤੇ ਹੋਇਆ ਸੀਗਾ, ਠੀਕ ਹੈ, ਠੀਕ ਹੈ, ਬਿਲਕੁਲ ਜੀ। ਅਸੀਂ 10 ਤਾਂ ਸਾਰੀ ਬਿਠਾ ਕੇ ਗੱਲ ਕੀਤੀ ਵੀ ਆਇਆ ਪ੍ਰੋਬਲਮ ਸੀ, ਹਾਂਜੀ, ਤੇ ਉਹ ਮੁੰਡਾ ਵੀ ਦੋਵੇਂ ਜਾਣੇ ਬੜੇ ਸੋਹਣੇ ਰਹਿੰਦੇ, ਪਰ ਉਹ ਜੱਟਾਂ ਦਾ ਮੁੰਡਾ ਹੀ ਆ ਜੀ ਜੀ ਜੀ, ਡੈਲਸ ਦਾ ਕੁੜੀ, ਬਹੁਤ ਵਧੀਆ ਸੁਰਜੀਤ ਜੀ, ਥੈਂਕ ਯੂ ਸੋ ਮਚ। ਤੁਸੀਂ ਯੂ ਨੋ ਇਹ ਸ਼ੇਅਰ ਕਰ ਰਹੇ ਹੋ ਆਪਣੀ, ਉਹ ਹੀ ਯੂ ਨੋ ਕੁਛ ਥੋੜ੍ਹਾ ਜਿਹਾ ਦੋ ਬੰਦਿਆਂ ਦਾ ਹੀ ਹਾਲੇ ਫੋਨ ਆਇਆ, ਬਟ ਜੋ ਅਸੀਂ ਦੇਖਦੇ ਹਾਂ ਕਿ ਪੇਰੈਂਟਸ ਜਿਹੜਾ ਜਿਹੜੀ ਰਿਜ਼ਰਵੇਸ਼ਨਸ ਪੇਰੈਂਟਸ ਦੀਆਂ ਜਿਹੜੀ ਜਗ੍ਹਾ 'ਤੇ ਉਹ ਖੜੇ ਹੈ, ਉਹਨਾਂ ਨੂੰ ਲੱਗਦਾ ਹੈ ਕਿ ਰਿਸ਼ਤਾ ਤੋੜ ਨਹੀਂ ਨਿਭੇਗਾ ਅਗਰ ਤੁਸੀਂ ਇੰਝ ਦੀ ਕੋਈ ਗੱਲ ਕਹਿ ਦੋਗੇ। ਔਰ ਦੂਜੇ ਪਾਸੇ ਜਿਸਾ ਸੁਰਜੀਤ ਜੀ ਕਹਿ ਰਹੇ ਹਨ ਕਿ 10 ਦੇਣਾ ਠੀਕ ਹੈ ਕਿਉਂਕਿ ਪਤਾ ਫਿਰ ਵੀ ਲੱਗ ਜਾਣਾ, ਇਸ ਪਿੱਛੇ ਦੱਸਣਾ ਜ਼ਰੂਰੀ ਹੈ। ਪਰ ਮੈਂ ਦੇਖਿਆ ਹੈ ਕਿ ਮੇਰਾ ਐਕਸਪੀਰੀਅੰਸ ਹੈ ਕਿ ਬੱਚਿਆਂ ਦਾ ਸੋਚਣਾ ਬਿਲਕੁਲ ਡਿਫਰੈਂਟ ਹੈ, ਉਹ ਦੱਸਣਾ ਇਸ ਪਿੱਛੇ ਚਾਹੁੰਦੇ ਨੇ ਬਿਕੋਜ਼ ਦੇ ਵਾਂਟ ਟੂ ਅੰਡਰਸਟੈਂਡ ਦਾ ਅਦਰ ਪਰਸਨ ਬੈਟਰ, ਨੋਟ ਓਨਲੀ ਕਿ ਉਹ ਇਸ ਪਿੱਛੇ ਦੱਸਣਾ ਚਾਹੁੰਦੇ ਨੇ ਕਿ ਯੂ ਨੋ ਕਲੋਜ਼ਟਸ ਆ ਕਲੀਨ, ਆਫਕੋਰਸ ਦੈਟ ਇਜ਼ 1 ਪੁਆਇੰਟ, ਕਿ ਕਲੀਨ ਸਲੇਟ ਤੋਂ ਸ਼ੁਰੂ ਕਰੀਏ, ਸੱਚਾਈ ਤੋਂ ਸ਼ੁਰੂ ਕਰੀਏ, ਬਹੁਤ ਇੰਪੋਰਟੈਂਟ ਹੈ। ਬਟ ਨਾਲ ਦੀ ਨਾਲ ਉਹ ਕਹਿੰਦੇ ਨੇ ਕਿ ਅਗਰ ਸਾਡੀ ਇਹ ਪਾਰਟ ਸਾਡੀ ਜ਼ਿੰਦਗੀ ਦਾ ਇੱਕ ਸੱਚਾਈ ਹੈ, ਅਗਰ ਉਹ ਐਕਸੈਪਟ ਨਹੀਂ ਕਰ ਸਕਦਾ ਅਗਲਾ ਬੰਦਾ, ਦੈਨ ਮੇ ਬੀ ਹੀ ਇਜ਼ ਨੋਟ ਦ ਵਨ ਫੋਰ ਮੀ, ਤਾਂ ਹੋ ਸਕਦਾ ਉਹ ਮੇਰੇ ਵਾਸਤੇ ਠੀਕ ਨਹੀਂ ਹੈ, ਕਿਉਂਕਿ ਅਗਰ ਓਪਨ ਰਿਲੇਸ਼ਨਸ਼ਿਪ ਹੈਗਾ ਤਾਂ ਉਹਨੂੰ ਮੈਨੂੰ ਜੋ ਵੀ ਮੈਂ ਹੈਗਾ ਉਹਦੇ 'ਚ ਐਕਸੈਪਟ ਕਰਨਾ ਚਾਹੀਦਾ। ਸੋ ਇਹ ਜਿਹੜੀ ਥੋੜ੍ਹੀ ਜਿਹੀ ਕਲਚਰ ਡਿਫਰੈਂਸ ਦੀ ਜਨਰੇਸ਼ਨਲ ਸਾਡਾ ਡਿਫਰੈਂਸ ਹੈਗਾ, ਉਹ ਸਾਨੂੰ ਅੰਡਰਸਟੈਂਡ ਕਰਨਾ ਪਏਗਾ ਕਿ ਕਿਸ ਯੂ ਨੋ ਕਿਸ ਪਾਸੇ ਖੜ੍ਹੇ ਨੇ ਬੱਚੇ। ਐਂਡ ਜਿਸ ਤਰ੍ਹਾਂ ਸੁਰਜੀਤ ਜੀ ਕਹਿ ਰਹੇ ਨੇ ਕਿ ਕਿਉਂ ਨਹੀਂ ਜਿਹੜੀ ਪੇਰੈਂਟਸ ਦੀ ਰਿਜ਼ਰਵੇਸ਼ਨ ਹੈ ਅੱਜ ਕੱਲ੍ਹ ਦੀ ਦੁਨੀਆ 'ਚ ਕਿ ਹਾਂ ਮੁੜ ਜਾਏਗਾ, ਨਹੀਂ ਓਪਨ ਹੋ ਕੇ, ਖਾਸ ਤੌਰ 'ਤੇ ਅਗਰ ਇਹ ਪਤਾ ਲੱਗੇ ਵੀ ਮੁੜਿਆ ਅਗਰ ਬ੍ਰੇਕਅਪ ਹੋਇਆ ਤਾਂ ਕਿਉਂ ਹੋਇਆ, ਜ਼ਰੂਰੀ। ਆਈ ਥਿੰਕ ਇਟ ਐਡਸ ਟੂ ਪਰਸਨਲ ਗਰੋਥ ਆਲਸੋ, ਕਿਉਂਕਿ ਤੁਸੀਂ ਇਹ ਦੱਸਦੇ ਹੋ ਐਂਡ ਥੋੜ੍ਹਾ ਰਿਲੇਸ਼ਨਸ਼ਿਪ ਸਮਝ ਆਉਂਦੀ ਹੈ। ਪਰ ਜਸਪ੍ਰੀਤ ਉਹ ਗੱਲ ਕਿ ਬਾਰ 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 ਉਸੀ ਚੀਜ਼ ਨੂੰ ਦੁਹਰਾਈ ਜਾਣਾ ਜਾਂ ਉਹਨੂੰ ਲੈ ਕੇ ਆਉਣਾ, ਡੈਫੀਨੇਟਲੀ ਉਹ ਬਿਲਕੁਲ ਰਿਕਮੈਂਡਡ ਨਹੀਂ ਹੈ। ਬਟ ਇੱਕ ਆਪਣੇ ਵੱਲੋਂ ਆਪਣੀ ਗੱਲ ਸਾਰੀ ਕਹਿ ਲੈਣੀ, ਉਹ ਵੀ ਯੂ ਨੋ ਉਹ ਫੇਵਰੇਬਲ ਹੈ। ਸੋ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ ਸੁਦਰਸ਼ਨ ਜੀ, ਤੁਸੀਂ ਕੀ ਕਹਿ ਰਹੇ ਜੀ, ਕੀ ਹਾਲ ਚਾਲ ਹੈ? ਬਿਲਕੁਲ ਠੀਕ। ਸੋ ਤੁਸੀਂ ਕੀ ਕਹਿੰਦੇ ਹੋ? ਵੀ ਕੈਨ ਐਜ਼ ਅ ਮਦਰ ਮੈਂ ਕਹਾਂਗੀ ਕਿ ਨਹੀਂ। ਅੱਛਾ, ਪਰ ਹਾਲਾਤ ਦੇਖਦੇ ਹੋਏ ਅੱਜ ਕੱਲ ਦੇ ਜ਼ਮਾਨੇ ਦੇ, ਕਿਉਂਕਿ ਲੋਕ ਇਤਨੇ ਕੰਜ਼ਰਵੇਟਿਵ ਨਹੀਂ ਹਨ ਜੀ, ਤੇ ਪਹਿਲੇ ਤਾਂ ਲੜਕੇ ਨੂੰ ਦੇਖੇ ਕਿ ਉਹ ਕਿਸ ਨੇਚਰ ਦਾ ਲੜਕਾ ਹੈ, ਠੀਕ ਹੈ, ਪਤਾ ਚੱਲ ਜਾਏਗਾ ਉਹਨੂੰ, ਠੀਕ ਹੈ। ਤੇ ਅਗਰ ਉਹ ਬਹੁਤ ਹੀ ਪੁਰਾਣੇ ਵਿਚਾਰਾਂ ਦਾ ਤੇ ਜਸਟ ਇਗਨੋਰ ਇਟ, ਕਈ ਲੜਕੀਆਂ ਦੇ ਸਕੂਲਾਂ ਦੇ ਵਿੱਚ ਕਾਲਜਾਂ 'ਚ ਹੁੰਦੇ ਨੇ, ਅਗਰ ਗੱਲਾਂ ਤੋੜ ਨਹੀਂ ਚੜਦੀਆਂ ਤੇ ਕੋਈ ਜ਼ਰੂਰੀ ਨਹੀਂ ਤੁਸੀਂ ਉਹਦਾ ਢੰਡੋਰਾ ਫੇਰਨਾ, ਬੀ ਕੁਆਈਟ, ਐਸੀ ਕੋਈ ਗੱਲ ਨਹੀਂ ਹੈ। ਪਰ ਸੁਦਰਸ਼ਨ ਜੀ ਦੂਜੇ ਪਾਸੇ ਮੈਂ ਡੈਵਲਸ ਐਡਵੋਕੇਟ ਵਾਕਨ ਗੱਲ ਕਰ ਰਹੀ ਹਾਂ ਕਿ ਦੂਜੇ ਪਾਸੇ ਅਗਰ ਉਹ ਕੰਜ਼ਰਵੇਟਿਵ ਹੈ, ਉਹਨੂੰ ਨਹੀਂ ਗੱਲਸ ਪਸੰਦ ਆਉਂਦੀ, ਤੇ ਇਹ ਨਹੀਂ ਲੱਗਦਾ ਕਿ ਉਸ ਤਰ੍ਹਾਂ ਦੀ ਨੇਚਰ ਦਾ ਬੰਦਾ ਸਾਨੂੰ ਚਾਹੀਦਾ ਹੀ ਨਹੀਂ? ਮੇ ਬੀ ਸਾਨੂੰ ਚਾਹੀਦਾ ਕੋਈ ਓਪਨ ਮਾਈਂਡਡ ਹੋ, ਕਿਉਂਕਿ ਅਸੀਂ ਯੂ ਆਰ ਰਾਈਟ। ਸੋ ਫਿਰ ਰਾਈਟ ਟਾਈਮ ਹੈ ਕਿ ਸਿਰਫ ਦੱਸਣਾ ਕਿ ਮੇਰਾ ਕੋਈ ਬੁਆਏਫ੍ਰੈਂਡ ਸੀਗਾ ਤੇ ਉਹ ਮੈਨੂੰ ਕੁਝ ਅੱਛੀ ਗੱਲ ਜੱਚੀ ਨਹੀਂ ਹੁੰਦੀ। ਕੋਈ ਸਾਡੇ ਕੋਲ ਪਹਿਲੇ ਵਿਊਵਰ ਨੇ ਗੱਲ ਜਿਹੜੀ ਦੱਸੀ ਹੈ ਵੀ ਲੜਕਾ ਵੀ ਪਸੰਦ ਸੀ, ਇਹ ਇਸ ਤਰੀਕੇ ਦੇ ਨਾਲ ਗੱਲ ਕਰ ਸਕਦੇ ਨੇ ਵੀ ਮੇਰੇ ਮਦਰ ਪੇਰੈਂਟਸ ਵੀ ਪਸੰਦ ਸੀ, ਮੇਰਾ ਫਰੈਂਡ ਸੀ, ਲੇਕਿਨ ਸਾਡੀ ਕੁੰਡਲੀ ਨਹੀਂ ਮਿਲੀ ਜਾਂ ਕੁਛ ਛੋਟੀ ਜਿਹੀ
ਨਹੀਂ ਲਾਈ ਹੈ, ਐਸੀ ਕੋਈ ਗੱਲ ਨਹੀਂ ਹੈ ਵੀ ਕਿਸੇ ਵਜ੍ਹਾ ਕਰਕੇ ਅਸੀਂ ਨਹੀਂ ਕਰ ਪਾਇਆ। ਦੈਟਸ ਆਲ, ਕੋਈ ਇਤਨਾ ਸੀਰੀਅਸ ਤਾਂ ਨਹੀਂ ਸੀ ਨਾ ਵੀ ਉਹਦੀ ਕੋਈ ਜਿਹੜਾ ਇਤਨਾ ਸੀਕਰੇਟ ਉਹ ਛੁਪਾ ਰਹੀ ਹੈ, ਐਸਾ ਤਾਂ ਕੋਈ ਸੀਕਰੇਟ ਨਹੀਂ ਹੈ। ਇੱਕ 2-3 ਸਾਲ ਦੀ ਗੱਲ ਸੀ, ਅਗਰ ਉਹ ਨਹੀਂ ਜੱਚਿਆ ਤਾਂ ਨਹੀਂ ਜੱਚਿਆ। ਸੋ ਇਹ ਠੀਕ ਹੈ। ਸੋ ਯੂ ਓਹੀ ਡਿਫਰੈਂਸ ਆਫ ਓਪੀਨੀਅਨ ਅਸੀਂ ਓਹੀ ਦੇਖ ਰਹੇ ਹਾਂ ਕਿ ਇੱਕ ਤੁਹਾਡਾ ਫਰਜ਼ ਹੈ ਡਿਫਰੈਂਸ ਓਪੀਨੀਅਨ ਲੈਣਾ, ਸਾਡਾ ਫਰਜ਼ ਹੈ ਅਸੀਂ ਆਪਣੀ ਓਪੀਨੀਅਨ ਦੇਣਾ। ਬਿਲਕੁਲ ਬਿਲਕੁਲ, ਇਹੀ ਦਾ ਇਹੀ ਖੂਬਸੂਰਤੀ ਹੈ ਇਸ ਮੰਚ ਦੀ। ਔਰ ਸੁਦਰਸ਼ਨ ਜੀ, ਇਸ ਵੇਲੇ ਜਿਹੜਾ ਮਦਰ ਐਂਡ ਡਾਟਰ ਦੋਨੋਂ ਇਕੱਠੇ ਬੈਠ ਕੇ ਸਾਡਾ ਸ਼ੋਅ ਦੇਖ ਰਹੇ ਹੈ, ਉਹ ਇੱਕ ਇੱਕ ਆਪਣੇ ਆਪਣੇ ਪੁਆਇੰਟ ਤੇ ਡਿਫਰੈਂਟ ਨੇ ਇਸ ਵੇਲੇ। ਬਿਲਕੁਲ ਸੁਣ ਰਹੇ ਹਾਂ, ਉਹਨਾਂ ਨੂੰ ਪਤਾ ਚੱਲ ਜਾਏਗਾ ਕਿੰਨੇ ਪਰਸਨ ਲੋਕ ਉਹਨਾਂ ਦੇ ਮਾਂ ਦੇ ਹੱਕ 'ਚ ਨੇ, ਕਿੰਨੇ ਪਰਸਨ। ਅਸੀਂ ਬੇਟੀ ਦੇ ਵੀ ਖਿਲਾਫ ਨਹੀਂ ਹੈ, ਲੇਕਿਨ ਸਮਝਣ ਵਾਲੀ ਗੱਲ ਹੈ, ਮੈਚੋਰਿਟੀ, ਆਪਣੀ ਉਮਰ ਦਾ ਤਜਰਬੇ ਦੇ ਨਾਲ ਆਦਮੀ ਗੱਲ ਦੱਸਦਾ। ਸੋ ਇਸ ਇਜ਼ ਮਾਈ ਡਾਟਰ, ਆਈ ਸੇ ਨੋ ਡਾਟਰ। ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਔਰ ਬਹੁਤ ਹੀ ਜਿਸ ਤਰ੍ਹਾਂ ਮੈਂ ਪਹਿਲੇ ਕਹਿ ਰਹੀ ਹਾਂ ਕਿ ਇਸ ਮੰਚ ਦੀ ਇਹ ਖੂਬਸੂਰਤੀ ਹੈ ਕਿ ਸਾਰੀ ਜਨਰੇਸ਼ਨਸ ਦੇ ਬੱਚੇ, ਮਤਲਬ ਲੋਕ ਜਿਹੜੇ ਹੈਗੇ ਆ, ਉਹ ਇਕੱਠੇ ਬੈਠ ਕੇ ਗੱਲ ਸੁਣਦੇ ਨੇ, ਸਵਾਲ ਕਰਦੇ ਨੇ, ਅਤੇ ਰਿਕਮੈਂਡਡ ਫੋਰਮ ਦੇ ਵਿੱਚ ਜੋ ਮੈਨੂੰ ਫੀਡਬੈਕ ਆਉਂਦਾ ਕਿ ਫੈਮਲੀ ਮਿਲ ਕੇ ਬੈਠ ਕੇ ਇਹ ਸ਼ੋਅ ਦੇਖਦੀ ਹੈ। ਸੋ ਉਹਦੇ ਨਾਲ ਇਹ ਬੜਾ ਹੈ ਕਿ ਭਾਵੇਂ ਆਪਸ 'ਚ ਤੁਸੀਂ ਉਸੇ ਜਗ੍ਹਾ 'ਤੇ ਵੀ ਖੜ੍ਹੇ ਰਹੋ, ਪਰ ਤੁਹਾਡਾ ਜਿਹੜਾ ਸਟੈਂਡ ਹੈ, ਯੂ ਨੋ, ਜਿਸ ਚੀਜ਼ ਤੁਸੀਂ ਪੈਸ਼ਨੇਟਲੀ ਫੀਲ ਕਰ ਰਹੇ ਹੋ, ਜਿਵੇਂ ਕੁੜੀ ਪੈਸ਼ਨੇਟਲੀ ਫੀਲ ਕਰੀ ਹੈ ਕਿ ਮੈਨੂੰ ਸਾਰਾ ਕੁਝ ਦੱਸ ਦੇਣਾ ਚਾਹੀਦਾ, ਮਦਰ ਡਰੀ ਹੋਈ ਹੈ, ਰਿਜ਼ਰਵੇਸ਼ਨਸ ਹੈ, ਕੱਲ੍ਹ ਕੀ ਉਹ ਕੀ ਕਹਿਣਗੇ, ਉਹ ਸੋਚਦੀ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ, ਪਰ ਦੋਨਾਂ ਦੀ ਜਿਹੜਾ ਸਟੈਂਡ ਹੈ ਉਹ ਸੌਫਟਰ ਹੋ ਜਾਏਗਾ ਜਦੋਂ ਉਹ ਸਾਰਿਆਂ ਦੀਆਂ ਗੱਲਾਂ ਸੁਣਨਗੇ ਕਿ ਸਾਰੀਆਂ ਹੀ ਜਿਹੜੀਆਂ ਮਦਰ ਪਲੇਸ 'ਤੇ ਸਾਰੀਆਂ ਖੜ੍ਹੇ ਹੈ ਉਹ ਕਹਿੰਦੇ ਨੇ ਕਿ ਨਹੀਂ। ਉਹ ਕਿਉਂ ਕਹਿੰਦੇ ਨੇ ਨਹੀਂ? ਕਿਉਂਕਿ ਉਹਨਾਂ ਨੂੰ ਡਰ ਹੈ ਕਿ ਰਿਸ਼ਤਾ ਮੁੜ ਨਾ ਜਾਏ, ਜਾਂ ਫਿਰ ਯੂ ਨੋ ਉਹ ਕੀ ਕਹਿਣਗੇ, ਆਲ ਦੈਟ। ਸੋ ਉਹਨਾਂ ਨੂੰ ਆਈ ਐਮ ਸ਼ੋਰ ਕਿ ਉਹਨਾਂ ਨੂੰ ਅੰਡਰਸਟੈਂਡ ਕਰਨ 'ਚ ਕਿ ਕੀ ਰਿਜ਼ਰਵੇਸ਼ਨਸ ਹੈ, ਔਰ ਕਿਉਂ ਜੇ ਮਨਾ ਕੋਈ ਕਰਦਾ ਹੈ ਤਾਂ ਕਿਉਂ ਮਨਾ ਕਰਦਾ, ਔਰ ਸੋ ਡਿਸੀਜਨ ਲੈਣ ਦੇ ਵਿੱਚ ਉਹ ਕਾਫੀ ਹੈਲਪਫੁਲ ਹੋਏਗਾ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ। ਯੂ ਗਾਇਜ਼ ਡੋਂਟ ਗੋ ਐਨੀਵੇਅਰ ਐਂਡ ਕੀਪ ਕਾਲਿੰਗ। ਸਾਰਿਆਂ ਦਾ ਫਿਰ ਸਵਾਗਤ ਹੈ। ਲੈਟ ਸੀ ਹੋਰ ਸਾਰੇ ਇਸ ਵਿਸ਼ੇ 'ਚ ਕੀ ਕਹਿ ਰਹੇ ਨੇ, ਲੈਟ ਸੀ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੋਗਿੰਦਰ ਜੀ, ਦੱਸੋ ਕੀ ਕਹਿੰਦੇ ਹੋ? ਭੈਣ ਜੀ, ਕੋਈ ਫਾਇਦਾ ਨਹੀਂ ਹੈਗਾ, ਜਿਹੜੀ ਜਿਹੜੀ ਲਾਈਫ ਉਹ ਬੀਤ ਗਈ ਨਾ, ਹਾਂਜੀ, ਉਹਦੇ ਬਾਰੇ ਉਹ ਗੱਲ ਕਰਨ ਦਾ ਉਸਦਾ ਕੋਈ ਫਾਇਦਾ ਨਹੀਂ ਹੁੰਦਾ। ਬਹੁਤ ਸਾਰੇ ਕੇਸ ਬਾਅਦ 'ਚ ਇਸੇ ਗੱਲ ਪਿੱਛੇ ਉਹ ਖਰਾਬ ਹੁੰਦੇ ਨੇ। ਜੇ ਤੁਸੀਂ ਜੇ ਦੱਸ ਦਿਓਗੇ ਜਾਂ ਨਾ ਦੱਸੋਗੇ ਉਸ ਤੋਂ ਕੋਈ ਫਰਕ ਨਹੀਂ ਪੈਂਦਾ, ਇਸ ਤੋਂ ਬੈਟਰ ਇਹੀ ਆ ਬਈ ਦੱਸੋ ਹੀ ਨਾ। ਪਰ ਜੇ ਜਿਹੜੀ ਮਾਂ ਹੈਗੀ ਆ ਉਹ ਬੇਵਕੂਫ ਨਹੀਂ ਹੈਗੀ, ਜਿਹੜੀ ਮਾਂ ਸਲਾਹ ਦੇ ਰਹੀ ਹੈ ਉਹ ਠੀਕ ਦੇ ਰਹੀ ਹੈ, ਉਹ ਸਿਆਣੀ ਔਰਤ ਆ। ਜੀ ਜੀ ਜੀ। ਤੇ ਛੋਟੇ ਬੱਚੇ ਹੁੰਦੇ ਨੇ ਉਹ 100 ਗੱਲਾਂ ਹੁੰਦੀਆਂ ਨੇ, ਅਸੀਂ ਫੋਰਨ 'ਚ ਬੈਠੇ ਇੱਥੇ ਤਾਂ ਜ਼ਿਆਦਾ ਹੈਗੀਆਂ ਨੇ, ਤੇ ਐਡੇ ਕੋਈ ਉਹ ਜਿਹੜੇ ਮੁੰਡੇ ਹੁੰਦੇ ਨੇ ਉਹ ਵੀ ਅਣਜਾਣ ਨਹੀਂ ਹੁੰਦੇ, ਉਹ ਵੀ ਜਾਣਦੇ ਨੇ। ਤੁਸੀਂ ਕੋਈ ਨੈਗੇਟਿਵ ਉਹ ਗੱਲ ਕਰੋਗੇ ਉਸ ਗੱਲ ਦਾ ਇਨ ਦਾ ਲੌਂਗ ਰਨ ਉਹ ਨੁਕਸਾਨ ਹੀ ਹੁੰਦਾ, ਕੋਈ ਫਾਇਦਾ ਨਹੀਂ ਹੁੰਦਾ। ਅੱਛੀਆਂ ਗੱਲਾਂ ਕਰੋ, ਅੱਛੀਆਂ ਉਹ ਦੱਸੋ, ਜਿਹੜੀ ਕੋਈ ਮਾੜੀ ਗੱਲ ਆ ਉਹ ਤਾਂ ਦੱਸਣ ਦਾ ਕੀ ਫਾਇਦਾ। ਪਰ ਤੁਹਾਨੂੰ ਲੱਗਦਾ ਕਿ ਮੈਂਸ਼ਨ ਨਹੀਂ ਕਰਨ ਦੀ ਲੋੜ ਨਹੀਂ ਹੈ, ਕੱਲ ਨੂੰ ਉਹੀ ਗੱਲ ਪਤਾ ਵੀ ਲੱਗੇ ਤੇ ਫਿਰ ਉਹ ਕਹਿਣਗੇ? ਜੇ ਉਹਨੇ ਵਿਗੜਨਾ ਹੀ ਹੋਏਗਾ ਨਾ, ਜੇ ਤੁਸੀਂ ਦੱਸ ਦੋਗੇ ਉਹ ਫਿਰ ਵੀ ਵਿਗੜੇਗਾ, ਜੇ ਨਾ ਦੱਸੋਗੇ ਫਿਰ ਵੀ ਉਹ ਵਿਗੜੇਗਾ। ਜਿਹੜੇ ਚੰਗੇ ਹੁੰਦੇ ਨੇ ਉਹ ਚੰਗੇ ਹੀ ਹੁੰਦੇ ਨੇ, ਜਦੋਂ ਅਗਨੀ ਦੇ ਸਾਹਮਣੇ ਫੇਰੇ ਹੋ ਗਏ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹ ਫੇਰੇ ਹੋ ਗਏ, ਜਾਂ ਮੰਦਰ ਦੇ ਸਾਹਮਣੇ ਉਹ ਫੇਰੇ ਹੋ ਗਏ, ਜਿਹੜੀ ਬੇਟੀ ਹੁੰਦੀ ਹੈ ਉਹ ਪਵਿੱਤਰ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਨੂੰ ਆਪਣੇ ਆਪ ਨੂੰ ਪਵਿੱਤਰ ਹੀ ਸਮਝਣਾ ਚਾਹੀਦਾ, ਚੰਗੀ ਸਮਝਣਾ ਚਾਹੀਦਾ, ਤੇ ਪਿਛਲੀਆਂ ਗੱਲਾਂ ਨੂੰ ਸਾਰੀਆਂ ਨੂੰ ਭੁੱਲ ਜੇ, ਕੋਈ ਫਾਇਦਾ ਨਹੀਂ ਹੈਗਾ ਉਸ ਗੱਲ ਦਾ। ਜੇ ਪਤਾ ਲੱਗੇਗਾ ਉਹ ਲੱਗ ਜੇ ਫਿਰ ਕੀ ਹੈਗਾ, ਜੇ ਉਹ ਚੰਗਾ ਹੈਗਾ ਤਾਂ ਉਹਨੇ ਫਿਰ ਵੀ ਨਹੀਂ ਐਕਸ਼ਨ, ਠੀਕ ਹੈ, ਜੇ ਮਾੜਾ ਹੈਗਾ ਤਾਂ ਐਕਸ਼ਨ ਲਊਗਾ ਹੀ, ਜੇ ਤੁਸੀਂ ਹੁਣ ਦੱਸ ਦੋਗੇ ਉਹ ਫਿਰ ਵੀ ਹੋਏਗਾ। ਲੱਗਦਾ ਨਹੀਂ ਕਿ ਅੱਜ ਦੇ ਯੁੱਗ ਵਿੱਚ ਜੇ ਤੁਸੀਂ ਓਪਨ ਕਰ ਰਹੇ ਹੋ ਤੇ ਕੱਲ ਪਤਾ ਲੱਗੇਗਾ, ਤੇ ਇਹ ਨਹੀਂ ਕਿ ਮਾੜਾ ਕੀਗਾ ਪਰ ਕੀਗਾ ਕਿ ਉਹ ਕਦੀ ਮੈਂਸ਼ਨ ਨਹੀਂ ਕੀਤਾ। ਬੇਟਾ ਬੇਟਾ ਮੈਂ 72 ਸਾਲ ਦਾ ਹੋ ਗਿਆ, ਮੈਂ ਕੋਈ 50 ਕੇਸ ਇਸ ਤਰ੍ਹਾਂ ਦੇ ਦੇਖੇ ਨੇ, ਕੋਈ ਫਾਇਦਾ ਇਸ ਗੱਲ ਦਾ ਹੈ ਨਹੀਂ, ਯੁੱਗ ਨਹੀਂ ਬਦਲਿਆ, ਬੰਦੇ ਨਹੀਂ ਬਦਲੇ, ਠੀਕ ਹੈ, ਜਿਹੜੇ ਬੰਦੇ ਨੇ ਉਹੀ ਨੇ, ਦਿਮਾਗ ਉਹੀ ਨੇ, ਉਹ ਚੇਂਜ ਨਹੀਂ ਹੋਏ। ਇਹ ਨਹੀਂ ਹੈਗਾ ਇੱਥੇ ਵੀ ਜਾਕਟਾਂ ਪਾ ਕੇ ਜਾਂ ਸੈਂਟ ਲਾ ਕੇ ਉਹਨਾਂ ਦੇ ਜਿਹੜੇ ਦਿਮਾਗ ਨੇ ਉਹ ਚੇਂਜ ਹੋ ਗਏ ਨੇ, ਬੰਦੇ ਦੇ ਆਰ ਇੰਡੀਅਨ ਹਰ ਗੱਲ 'ਚ।
ਬਹੁਤ ਵਧੀਆ, ਬਹੁਤ ਵਧੀਆ ਜੋਗਿੰਦਰ ਜੀ, ਥੈਂਕ ਯੂ ਸੋ ਮੱਚ ਫੋਰ ਦਿਸ ਕਾਲ, ਕਿਉਂਕਿ ਯੂ ਨੋ ਇੱਕ ਪਰਸਪੈਕਟਿਵ ਜਿਹਾ ਮਿਲ ਰਿਹਾ, ਇੱਕ ਨਜ਼ਰੀਆ ਕਿ ਆਦਮੀ ਉਹੀ ਨੇ ਜਿੱਥੋਂ ਮਰਜ਼ੀ ਆਏ ਨੇ, ਇੰਡੀਅਨਸ ਹੀ ਨੇ, ਭਾਵੇਂ ਇੱਥੇ ਜੰਪਲ ਹੈ, ਇਹ ਇਹਨਾਂ ਦਾ ਯੂ ਨੋ ਟੇਕ ਹੈਗਾ, ਇਹਨਾਂ ਦਾ ਪੁਆਇੰਟ ਆਫ ਵਿਊ ਹੈ ਕਿ ਉਹ ਉਂਝ ਹੀ ਹੈ, ਉਸੇ ਤਰ੍ਹਾਂ ਰਿਐਕਟ ਕਰਨਗੇ, ਸੋ ਜਾਣ ਕੇ ਉਹ ਗੱਲਾਂ ਵਿਗੜਦੀਆਂ ਨੇ, ਸਵਰਦੀਆਂ ਨਹੀਂ ਨੇ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ ਕੀ ਕਹਿੰਦੇ ਹੋ। ਮੈਂ ਇਹ ਕਹਿ ਰਿਹਾ ਜੀ ਕਿ ਮੈਂ ਆਪਣੀ ਪਹਿਲਾਂ ਦਾ ਉਦਾਹਰਣ ਦੇ ਰਿਹਾ, ਮੇਰੇ ਮੁੰਡੇ ਦੀ। ਓਕੇ। ਮੇਰੇ ਮੁੰਡੇ ਨੇ ਲੜਕੀ ਸਿਲੈਕਟ ਕੀਤੀ ਤੇ ਉਹ ਆਪਣੀ ਕਮਿਊਨਿਟੀ ਦੀ ਸੀਗੀ, ਨਿੱਕੀ ਹੁੰਦੀ ਇੱਧਰ ਆ ਗਈ ਸੀ ਤੇ ਮੇਰਾ ਮੁੰਡਾ ਕਹਿਣ ਲੱਗਾ ਡੈਡੀ ਮੈਂ ਉਹਨੂੰ ਮਿਲਿਆ, ਤੇ ਉਹ ਮੈਨੂੰ ਉਹਦੀ ਇੱਕ ਗੱਲ ਬਹੁਤ ਚੰਗੀ ਲੱਗੀ, ਉਹ ਸੱਚ ਬੋਲਦੀ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਹਦਾ ਕੋਈ ਪਹਿਲਾਂ ਰਿਲੇਸ਼ਨ ਸੀ ਮਾੜਾ ਮੋਟਾ, ਬਹੁਤ ਅਜੇ ਮੈਚਿਓਰ ਨਹੀਂ ਸੀ ਉਹ, ਉਦੋਂ ਦੀ ਗੱਲ ਉਹਨੇ ਮੈਨੂੰ ਸਾਫ਼ ਸਾਫ਼ ਦੱਸੀ। ਇਹ ਡਿਪੈਂਡ ਕਰਦਾ, ਮੇਰੇ ਮੁੰਡੇ ਨੇ ਉਹਨੂੰ ਬਹੁਤ ਲਾਈਕ ਕੀਤਾ ਔਰ ਉਹ ਅਜੇ ਤੱਕ 20-22 ਸਾਲ ਹੋ ਗਏ ਮੈਰਿਜ ਹੋਈ ਨੂੰ, ਉਹ ਬੜੇ ਸਕਸੈਸ ਮੈਰਿਜ ਚੱਲ ਰਹੀ ਹੈ। ਠੀਕ ਹੈ, ਠੀਕ ਹੈ। ਸੋ ਉਹ ਕੁੜੀ ਨੇ ਦੱਸਿਆ ਤੇ ਡਿਪੈਂਡ ਕਰਦਾ ਮੁੰਡੇ ਦੇ ਉੱਤੇ ਕਿ ਮੁੰਡਾ ਕਿਹੋ ਜਿਹਾ ਸੁਭਾਅ ਦਾ ਆ। ਕਈ ਬੱਚੇ ਆ ਉਸ ਮੇਰੇ ਬੱਚੇ ਦੀ ਤਰ੍ਹਾਂ ਸੱਚ ਨੂੰ ਜ਼ਿਆਦਾ ਲਾਈਕ ਕਰਦਾ, ਮੇਰਾ ਬੱਚਾ ਝੂਠ ਨੂੰ ਨਫ਼ਰਤ ਕਰਦਾ ਆ, ਤੇ ਉਹ ਤੇ ਬੜਾ ਵਧੀਆ ਲਿਵਿਆ। ਬਾਕੀ ਮੈਂ ਤੇ ਮੇਰੀ ਓਪੀਨੀਅਨ ਜਿਹੜੀ ਆ, ਮੇਰੇ ਮੁੰਡੇ ਨੂੰ ਦੇਖਦੇ ਹੋਏ ਵੀ ਕੁਛ ਮੇਰੇ ਇੱਥੇ ਦੇ ਕਲਚਰ ਨੂੰ ਦੇਖਦੇ ਦਿਲ ਦੀ ਗੱਲ ਸਾਫ਼ ਕਹਿ ਲੈਣੀ ਚਾਹੀਦੀ ਆ, ਕਿਉਂਕਿ ਦੱਸਣ ਨਾਲ ਫੈਸਲੇ ਹੁੰਦੇ ਆ ਤੇ ਨਾ ਦੱਸਣ ਨਾਲ ਫਾਸਲੇ ਵੱਧਦੇ ਆ। ਜੇ ਦੱਸਦੇ ਹੋ ਤਾਂ ਫੈਸਲੇ ਹੋ ਜਾਂਦੇ ਆ, ਇਸ ਪਾਰ ਜਾਂ ਉਸ ਪਾਰ। ਜੇ ਉਹ ਮੁੰਡੇ ਨੂੰ ਪਸੰਦ ਆਏਗਾ ਤੇ ਕਹੇਗਾ ਠੀਕ ਆ, ਆਈ ਐਮ ਰੈਡੀ ਟੂ ਮੈਰੀ ਵਿਦ ਯੂ, ਅਗਰ ਨਹੀਂ ਆਏਗਾ ਤੇ ਨਹੀਂ ਆ, ਤੇ ਜੇ ਨਾ ਦੱਸੋਗੇ ਤਾਂ ਫਾਸਲੇ ਵੱਧ ਜਾਣਗੇ। ਸੋ ਡਿਪੈਂਡ ਕਰਦਾ ਕਿ ਉਹ ਮੁੰਡਾ ਕਿਸ ਸੁਭਾਅ ਦਾ, ਉਹ ਤਾਂ ਕੁੜੀ ਨੂੰ ਪਤਾ ਹੋਊਗਾ। ਚਲੋ ਜੀ, ਥੈਂਕ ਯੂ, ਬਹੁਤ ਵਧੀਆ ਜੀ, ਥੈਂਕ ਯੂ ਸੋ ਮੱਚ। ਸੋ ਸੋਹਣੀ ਗੱਲ ਹੈ ਕਿ ਦੱਸਣ ਨਾਲ ਫੈਸਲੇ ਬਾਕੀ ਆਰ ਹੋ ਜਾਏਗਾ ਜਾਂ ਪਾਰ ਹੋ ਜਾਏਗਾ, ਹਾਲੇ ਕੁਛ ਵਿਗੜਿਆ ਤੇ ਨਹੀਂ ਨਾ, ਹਾਲੇ ਤੇ ਰਿਸ਼ਤਾ ਹੋ ਰਿਹਾ। ਸੋ ਕੁੜੀ 'ਤੇ ਡਿਪੈਂਡ ਕਰਦਾ, ਆਈ ਐਗਰੀ ਵਿਦ ਦੈਟ, ਕਿ ਉਹ ਕਿਸ ਤਰ੍ਹਾਂ ਦਾ ਰਿਸ਼ਤਾ ਚਾਹੁੰਦੀ ਹੈ, ਯੂ ਨੋ। ਸੋ ਆਪਣੀ ਕੌਨਸ਼ੀਅਸਨੈਸ ਵੀ ਬੜੀ ਵੱਡੀ ਗੱਲ ਹੈ ਨਾ, ਜੇ ਤੁਸੀਂ ਅਨਕੰਫਰਟੇਬਲ ਹੋ ਕਿ ਮੈਂ ਕੁਛ ਛੁਪਾਇਆ ਹੋਇਆ, ਮੈਂ ਕੁਛ ਛੁਪਾਇਆ ਹੋਇਆ, ਫਿਰ ਤਾਂ ਡੈਫੀਨੇਟਲੀ ਦੱਸਣਾ ਜ਼ਰੂਰੀ ਹੈ। ਪਰ ਅਗਰ ਜਿਸ ਤਰ੍ਹਾਂ ਜੋਗਿੰਦਰ ਜੀ ਨੇ ਕਿਹਾ ਕਿ ਤੁਸੀਂ ਆਪ ਵੀ ਭੁੱਲ ਜਾਓ, ਜੋ ਪਾਸ ਸੀ ਉਹ ਖਤਮ ਹੋ ਗਿਆ, ਅਗਰ ਤੁਸੀਂ ਉਹ ਬੰਦੇ ਹੋ ਜਿਹੜਾ ਕਰ ਸਕਦਾ ਹੋ ਤਾਂ ਫਿਰ ਇਟਸ ਅ ਡਿਫਰੈਂਟ ਸਟੋਰੀ। ਬਟ ਅਗਰ ਆਪਣੇ ਮਨ 'ਤੇ ਭਾਰ ਹੀ ਰਹਿਣਾ ਕਿ ਮੈਂ ਗੱਲ ਛੁਪਾਈ ਹੋਈ ਹੈ, ਤਾਂ ਫਿਰ ਤਾਂ ਉਸ ਤੋਂ ਬੈਟਰ ਹੈ ਕਿ ਗੱਲ ਅੱਗੇ ਕੀਤੀ ਜਾਏ, ਔਰ ਫਿਰ ਡਿਪੈਂਡ ਕਰੇਗਾ ਉਹ ਬੰਦਾ, ਯੂ ਨੋ, ਹੀ ਇਜ਼ ਫੋਰ ਯੂ ਔਰ ਹੀ ਇਜ਼ਨਟ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਮਨੀ ਬੋਲ ਰਹੀ ਹਾਂ। ਮਨੀ ਜੀ, ਥੈਂਕ ਯੂ ਫੋਰ ਕਾਲਿੰਗ, ਦੱਸੋ ਕੀ ਕਹਿੰਦੇ ਹੋ। ਮੈਂ ਤੇ ਜੋ ਦੇਖਿਆ ਹੈ ਆਪਣੀ ਜਨਰੇਸ਼ਨ ਦੇ ਤੇ ਦੱਸਦੇ ਨੇ ਸਾਰੇ ਬੱਚੇ ਜੀ, ਤੇ ਪੇਰੈਂਟਸ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਦੱਸ ਰਹੇ ਹਾਂ। ਮੈਂ ਤੇ ਕੁੜੀ ਨੂੰ ਇਹੀ ਕਹਾਂਗੀ, ਰਾਈਟ, ਉਹਨਾਂ ਨੂੰ ਸਟ੍ਰੈਸ ਪਾਉਣ ਦੀ ਜ਼ਰੂਰਤ ਨਹੀਂ ਹੈ ਜੀ, ਤੇ ਆਪ ਦੱਸ ਦੋ ਸਾਰਾ ਕੁਝ, ਕੁਝ ਖਰਾਬ ਨਹੀਂ ਹੁੰਦਾ, ਬੜੀ ਅੱਛੀ ਮੈਰਿਜਸ ਚੱਲ ਰਹੀਆਂ ਸਾਰਿਆਂ ਦੀਆਂ, ਬਾਕੀ ਆਪਣੇ ਫਰੈਂਡਸ ਨਾਲ ਡਿਸਕਸ ਕਰੋ ਜੋ ਵੀ ਤੁਸੀਂ ਕਰਨਾ ਹੈ, ਬਾਕੀ ਇੱਕ ਜਨਰੇਸ਼ਨ ਦੂਸਰੀ ਜਨਰੇਸ਼ਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੇ, ਉਹ ਵੀ ਇਟਸ ਨਾਟ ਵਰਥ ਇਟ। ਤੁਸੀਂ ਉਹਨਾਂ ਦੇ ਕੰਸਰਨ ਸਮਝ ਲਓ ਕਿ ਹਾਂ ਉਹਨਾਂ ਦੇ ਮਤਲਬ ਪੇਰੈਂਟਸ ਦੀ ਜਿਸ ਤਰ੍ਹਾਂ ਕੀ ਥਿੰਕਿੰਗ ਹੈ, ਕੀ ਫੀਅਰਸ ਨੇ, ਤੇ ਆਪਣੀ ਸਾਡੀ ਜਨਰੇਸ਼ਨ ਕਾਫੀ ਚੇਂਜ ਹੋ ਚੁੱਕੀ ਹੈ, ਪੇਰੈਂਟਸ ਨੂੰ ਵੀ ਇੰਨਾ ਘਬਰਾਉਣਾ ਨਹੀਂ ਚਾਹੀਦਾ। ਮੇਰੇ ਤੇ ਕਾਫੀ ਮੈਂ ਜਾਣਦੀ ਹਾਂ ਜਿਹੜੇ ਲੋਕਾਂ ਨੇ ਦੱਸਿਆ ਹੈ ਆਪਸ 'ਚ ਇੱਕ ਦੂਸਰੇ ਨੂੰ, ਇਹ ਨਹੀਂ ਕਿ ਕੁੜੀ ਦਾ ਹੀ ਹੋਏਗਾ, ਉਹ ਮੁੰਡਾ ਵੀ ਦੱਸੇਗਾ, ਸ਼ੀ ਇਜ਼ ਗੋਇੰਗ ਟੂ ਟੈਲ, ਹੀ ਇਜ਼ ਆਲਸੋ ਗੋਇੰਗ ਟੂ ਟੈਲ ਅਬਾਊਟ ਹਿਸ past relationships. ਕੁਛ ਪ੍ਰੋਬਲਮ ਨਹੀਂ ਹੁੰਦੀ, ਸੋ ਮਨੀ ਜੀ ਇਸ ਇਸ ਘਬਰਾਣ ਦੀ ਕੋਈ ਜ਼ਰੂਰਤ ਨਹੀਂ। ਨੋ, ਦੇ ਵਿਆਹ ਬੜੇ ਵਧੀਆ ਚੱਲ ਰਹੇ ਨੇ, ਬੱਚੇ ਹੋ ਗਏ ਨੇ, ਸਭ ਕੁਝ, ਰਾਈਟ ਰਾਈਟ। ਸੋ ਯੂ ਡੂ ਰეკਮੈਂਡ ਕਿ ਇੱਕ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਐਂਡ ਆਈ ਲਾਈਕ ਦਾ ਆਈਡੀਆ, ਅਸੀਂ ਖੁੱਲ੍ਹਾਮ ਇਹ ਕਹਿ ਰਹੇ ਹਾਂ ਕਿ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਅੰਡਰਸਟੈਂਡ ਕਰਨੀਆਂ ਪੈਣਗੀਆਂ ਕਿ ਉਹ ਡਿਫਰੈਂਟ ਕਲਚਰ ਦੇ ਵਿੱਚ ਸਮਝਣੀਆਂ ਬੜੀਆਂ ਮੁਸ਼ਕਿਲ ਆ, ਔਰ ਚੇਂਜ ਕਰਨਾ ਕਿ ਤੁਸੀਂ ਮੇਰੀ ਗੱਲ ਮੰਨ ਜਾਓ ਫਿਰ ਮੈਂ, ਯੂ ਨੋ, ਮੈਨੂੰ ਰੋਕ ਰਹੇ ਹੋ, ਬਟ ਨਹੀਂ ਤੁਹਾਨੂੰ ਸਮਝਣਾ ਚਾਹੀਦਾ ਕਿ ਮੈਂ ਕਿਉਂ ਦੱਸਣਾ ਚਾਹੁੰਦੀ ਹਾਂ, ਉਹਦੀ ਲੋੜ ਹੀ ਨਹੀਂ, ਜਿਹੜਾ
ਵਨ ਟੂ ਵਨ ਜਿਹੜਾ ਰਿਲੇਸ਼ਨਸ਼ਿਪ ਸਪੈਸ਼ਲੀ ਵਿਦ ਪਾਰਟਨਰਸ ਹੁੰਦਾ ਹੈ ਉਹ ਇੰਨਾ ਪਰਸਨਲ ਹੁੰਦਾ ਹੈ ਕਿ ਉਹਦੇ ਵਿੱਚ ਮਾਪਿਓ ਵੀ ਕਿਸੇ ਦੇ ਨਹੀਂ ਆਉਣੇ ਚਾਹੀਦੇ ਯੂ ਨੋ ਸੋ ਉਹ ਵਿਆਹ ਤੋਂ ਪਹਿਲੇ ਬਾਅਦ ਦੇ ਵਿੱਚ ਉਹਨੂੰ ਉਸੇ ਤਰ੍ਹਾਂ ਰੱਖੋ ਉਹਨੂੰ ਉਸੇ ਤਰ੍ਹਾਂ ਪਾਇਸ ਰੱਖੋ ਕਿਉਂਕਿ ਫਿਰ ਇੰਟਰਫੇਰੈਂਸ ਇਹ ਤੇ ਉਹ ਹੋਰ ਪੰਗੇ ਅਸੀਂ ਦੇਖਦੇ ਆ ਰਹੇ ਹਾਂ ਕਿ ਕੀ ਹੁੰਦੇ ਸੋ ਇਟ ਇਜ਼ ਬੈਟਰ ਟੂ ਕੀਪ ਇਟ ਬਿਟਵੀਨ ਟੂ ਆਫ ਯੂ ਜਿਹੜੀ ਗੱਲ ਹੈ ਇਹ ਪਰਸਨਲੀ ਹੁੰਦੀ ਹੈ ਇਹਦੇ ਪੇਰੈਂਟਸ ਵੀ ਫਰੈਂਡਸ ਵੀ ਜ਼ਿਆਦਾ ਨਹੀਂ ਮਤਲਬ ਉਹ ਹੀ ਹੈ ਫਿਰ ਆਪਣੀ ਲਾਈਫ 'ਚ ਖੁਦ ਹੀ ਪ੍ਰੋਬਲਮਸ ਕ੍ਰੀਏਟ ਕਰੋਗੇ ਰਾਈਟ ਅਗਰ ਹਰ ਚੀਜ਼ ਹਰ ਕਿਸੇ ਨਾਲ ਡਿਸਕਸ ਕਰੋਗੇ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਅਲੱਗ ਹੁੰਦਾ ਤੁਸੀਂ ਕੋਈ ਵੀ ਗੱਲ ਆਪਸ 'ਚ ਕਰ ਸਕਦੇ ਹੋ ਜੀ ਪਰ ਜਿੰਨਾ ਜ਼ਿਆਦਾ ਪੇਰੈਂਟਸ ਨੂੰ ਇਨਵੋਲਵ ਕਰੋਗੇ ਹਰ ਚੀਜ਼ 'ਚ ਉਨਾ ਹੀ ਜ਼ਿਆਦਾ ਸਟ੍ਰੈਸ ਲੈਣਗੇ ਉਨਾ ਹੀ ਤੁਹਾਡਾ ਰਿਲੇਸ਼ਨਸ਼ਿਪ ਖਰਾਬ ਹੋਏਗਾ ਰਾਈਟ ਆਪਣੇ ਲੈਵਲ ਤੇ ਜੋ ਤੁਸੀਂ ਕੰਫਰਟ ਹੈ ਤੁਹਾਡਾ ਕੰਫਰਟ ਲੈਵਲ ਹੈ ਆਪਣੇ ਕੰਫਰਟ ਲੈਵਲ ਦੇ ਹਿਸਾਬ ਨਾਲ ਜੀ ਆਪਣਾ ਮੈਨੂੰ ਕੀ ਕਰਨਾ ਹੈ ਤੁਸੀਂ ਕਿਉਂ ਬੋਝ ਲੈ ਕੇ ਵਿਆਹ ਕਰਨਾ ਹੈ ਰਾਈਟ ਸੋ ਤੁਸੀਂ ਅਗਰ ਰეკਮੈਂਡ ਕਰਦੇ ਹੋ ਕਿ 10 ਦੇਣਾ ਚਾਹੀਦਾ ਹੈ ਤੁਸੀਂ ਕੀ ਵਿਲ ਯੂ ਗਿਵ ਅ ਟਿਪ ਕਿ ਕਿਸ ਤਰ੍ਹਾਂ 10 ਦੇਣਾ ਔਰ ਕਿੰਨਾ ਕੁ 10 ਦੇਣਾ ਚਾਹੀਦਾ ਵਾਟ ਯੂ ਸੇ ਅਬਾਊਟ ਥੈਟ ਯਾ ਦੀਦੀ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਬੱਚੇ ਬਹੁਤ ਸਮਾਰਟ ਨੇ ਯੂ ਡੋਨਟ ਨੀਡ ਟੂ ਗਿਵ ਦਮ ਟਿਪਸ ਦੇ ਨੋ ਵੈਰੀ ਵੈਲ ਹਾਊ ਟੂ ਟੈਲ ਹਾਊ ਮਚ ਟੂ ਟੈਲ ਐਂਡ ਦੇ ਆਰ ਵੈਰੀ ਸਮਾਰਟ ਸੋ ਜਸਟ ਟ੍ਰਸਟ ਦੈਮ ਤੇ ਪੇਰੈਂਟਸ ਨੂੰ ਕਹਿਣਾ ਚਾਹੀਦਾ ਹੈ ਕਿ ਮੈਂ ਤੁਹਾਨੂੰ ਦੱਸ ਸਕਦੀ ਹਾਂ ਕੁਛ ਫਰਕ ਨਹੀਂ ਪੈਂਦਾ ਹੈ ਬੜੇ ਅੱਛੇ ਰਿਲੇਸ਼ਨਸ਼ਿਪ ਬੜੇ ਅੱਛੇ ਵਿਆਹ ਸ਼ਾਦੀਆਂ ਸਭ ਚੱਲ ਰਹੀਆਂ ਨੇ ਰਾਈਟ ਤੇ ਇਸ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਬੱਚੇ ਬਹੁਤ ਮੈਚੋਰ ਹੋ ਚੁੱਕੇ ਹੈ ਉਹ ਪੁਰਾਣੀਆਂ ਜ਼ਮਾਨੇ ਵਾਲੇ ਨਹੀਂ ਰਹਿ ਗਈਆਂ ਕਿ ਰਿਸ਼ਤਾ ਟੁੱਟ ਜਾਏਗਾ ਜਿਸ ਤਰ੍ਹਾਂ ਠੀਕ ਹੈ ਬਿਲਕੁਲ ਸਹੀ ਕਹਿ ਰਹੇ ਹਾਂ ਕਿ ਇੱਕ ਦੂਜੇ ਦੇ ਵਿੱਚ ਨਾ ਪਈਏ ਉਹ ਬਟ ਥੋੜ੍ਹਾ ਜਿਹਾ ਦੂਸਰੀ ਜਨਰੇਸ਼ਨ ਨੂੰ ਇਹ ਵੀ ਸਮਝਣਾ ਪਏਗਾ ਕਿ ਵਟ ਈਚ ਇਹ ਮੁੰਡਾ ਕੁੜੀ ਇੱਕ ਦੂਜੇ ਤੋਂ ਐਕਸਪੈਕਟ ਕੀ ਕਰ ਰਹੇ ਦੇ ਨੋਟ ਐਕਸਪੈਕਟਿੰਗ ਕਿ ਤੁਸੀਂ ਸਾਡੇ ਨਾਲ ਜਿਹੜਾ ਹੈਗੇ ਉਹ ਪਹਿਲੀ ਵਾਰੀ ਤੁਸੀਂ ਕਿਸੇ ਨੂੰ ਲਾਈਕ ਕੀਤਾ ਦੇ ਨੋਟ ਐਕਸਪੈਕਟਿੰਗ ਦੈਟ ਹਾਂ ਉਹਨਾਂ ਨੂੰ ਵੀ ਲੱਗੇ ਅਗਰ ਨਹੀਂ ਦੱਸੋਗੇ ਤਾਂ ਉਲਟਾ ਲੱਗੇ ਸ਼ੱਕ ਹੋਏਗਾ ਉਲਟਾ ਬਹੁਤ ਛੁਪਾ ਰਹੇ ਹੈ ਪਤਾ ਤਾਂ ਚੱਲੀ ਜਾਣਾ ਹੈ ਓਬਵੀਅਸਲੀ ਸਾਰਿਆਂ ਨੂੰ ਪਤਾ ਹੈ ਕਿ ਲੇਟ ਸੁਣਾ ਲੇਟ ਰਿਲੇਸ਼ਨਸ਼ਿਪ ਸੋ ਹੀ ਇਜ਼ ਵੀਅਰਡ ਯੂ ਨੋ ਅਗਰ ਉਹ ਰਿਲੇਸ਼ਨਸ਼ਿਪ ਚ ਨਹੀਂ ਹੈ ਕਦੀ ਵੀ ਮਤਲਬ ਉਹਨੇ ਕੋਈ ਲਾਈਕ ਨਹੀਂ ਕੀਤਾ ਬੰਦਾ ਦੂਸਰੇ ਸੈਕਸ ਸੋ ਦੇਅਰ ਸਮਥਿੰਗ ਰੋਂਗ ਅਗਰ 28 ਸਾਲ ਦਾ ਬੰਦਾ ਹੈ ਔਰ ਉਹਨੇ ਕਦੀ ਵੀ ਕੁਛ ਯੂ ਨੋ ਮੁੰਡਾ ਹੈ ਔਰ ਕੁੜੀ ਨੂੰ ਨਹੀਂ ਲਾਈਕ ਕੀਤਾ ਪਿੱਛੇ ਹੀ ਮੈਂ ਇਹ ਗੱਲ ਕਿਸੇ ਦੇ ਮੂੰਹੋਂ ਸੁਣੀ ਹੈ ਅਤੇ ਉਹ ਕਹਿੰਦੇ ਹਨ ਕਿ ਹੀ ਇਜ਼ ਵੀਅਰਡ ਦੇ ਸਮਥਿੰਗ ਰੋਂਗ ਸੋ ਮਤਲਬ ਐਕਸਪੈਕਟੇਸ਼ਨ ਹੀ ਨਹੀਂ ਹੈ ਕਿ ਤੁਸੀਂ ਕਦੀ ਕਿਸੇ ਨੂੰ ਲਾਈਕ ਹੀ ਨਹੀਂ ਕੀਤਾ ਹੋਏਗਾ ਟਿਲ ਯੂ ਆਰ 28-30 ਸੋ ਯੂ ਨੋ ਬੈਟਰ ਟੂ ਬੀ ਸੋ ਉਹ ਚੀਜ਼ ਨੂੰ ਅੰਡਰਸਟੈਂਡ ਕਰਨਾ ਸਾਨੂੰ ਜ਼ਰੂਰੀ ਹੈ ਕਿ ਸਾਡੀ ਐਕਸਪੈਕਟੇਸ਼ਨ ਕੀ ਹੈ ਇੱਕ ਦੂਸਰੀ ਜਨਰੇਸ਼ਨ ਦੀ ਐਕਸਪੈਕਟੇਸ਼ਨ ਇਹ ਸੀ ਕਿ ਯੂ ਨੋ ਫਸਟ ਟਾਈਮ ਇਹ ਰਿਸ਼ਤਾ ਹੋ ਰਿਹਾ ਕਦੀ ਪਹਿਲੇ ਕਿਸੇ ਮੁੰਡੇ ਕੁੜੀ ਵੱਲ ਦੇਖਿਆ ਨਹੀਂ ਅਸੀਂ ਕਿਸੇ ਨੂੰ ਪਸੰਦ ਨਹੀਂ ਕੀਤਾ ਜਿੱਥੇ ਮਾਂ ਪਿਓ ਨੇ ਕਰਤਾ ਬਸ ਉਹੀ ਮੇਰਾ ਫਾਈਨਲ ਹੈ ਮੈਂ ਕਦੀ ਸੋਚਿਆ ਨਹੀਂ ਕਿਸੇ ਹੋਰ ਬਾਰੇ ਉਹ ਸਾਰੀਆਂ ਐਕਸਪੈਕਟੇਸ਼ਨਸ ਜਿਹੜੀਆਂ ਸੀਗੀਆਂ ਉਹ ਰਾਈਟ ਨਾਓ ਸ਼ਾਇਦ ਨਹੀਂ ਹੈ ਉਹ ਡਿਫਰੈਂਟ ਹੋ ਚੁੱਕੀਆਂ ਸੋ ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਆ ਆਫਟਰ ਅ ਸ਼ਾਰਟ ਬ੍ਰੇਕ ਸਾਰਿਆਂ ਦਾ ਫਿਰ ਸਵਾਗਤ ਹੈ ਮੈਂ ਇੱਕ ਸ਼ੇਅਰ ਕਰਦਾ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਇੱਕ ਪਰਸਨਲ ਮੈਸੇਜ ਆਇਆ ਹੈ ਕਿ ਇੱਕ ਮੇਲ ਯੂ ਨੋ ਆਈ ਡੋਂਟ ਵਾਂਟ ਟੂ ਟੇਕ ਦ ਨੇਮ ਪਰ ਉਹ ਕਹਿ ਰਹੇ ਨੇ ਕਿ ਇਹਨਾਂ ਦਾ ਦੂਜਾ ਵਿਆਹ ਹੋਇਆ ਪਹਿਲਾ ਵਿਆਹ 1.5 ਸਾਲ ਰਿਹਾ ਐਂਡ ਕਹਿੰਦੇ ਮੈਂ ਆਪਣੀ ਜਿਹੜੀ ਵਾਈਫ ਹੈ ਉਹਨੂੰ ਆਪਣੀ ਐਕਸ ਵਾਈਫ ਬਾਰੇ ਦੱਸਿਆ ਡੈਫੀਨੇਟਲੀ ਵਿਆਹ ਬਾਰੇ ਦੱਸਣਾ ਹੀ ਸੀ ਕਿ ਮੇਰਾ ਵਿਆਹ ਹੋਇਆ ਹੈ ਪਰ ਉਹਦੇ ਇਲਾਵਾ ਮੈਂ ਦੱਸਿਆ ਕਿ ਸਾਡੀ ਕਿਉਂ ਨਹੀਂ ਬਣੀ ਔਰ ਉਹ ਚੀਜ਼ਾਂ ਮੈਨੂੰ ਹਮੇਸ਼ਾ ਹੈਲਪ ਕੀਤੀਆਂ ਮੈਂ ਹੋਰ ਉਹਨੂੰ ਜ਼ਿਆਦਾ ਤੰਗ ਨਹੀਂ ਕਰਦਾ ਕਿ ਮੈਂ ਉਹਨੂੰ ਬਾਰ ਬਾਰ ਉਸ ਚੀਜ਼ ਬਾਰੇ ਦੱਸਦਾ ਰਹਾਂ ਉਹ ਜ਼ਿਆਦਾ ਜ਼ਰੂਰੀ ਹੈ ਪਰ ਦੱਸਣਾ ਭਾਵੇਂ ਉਹ ਵਿਆਹ ਸੀਗਾ ਭਾਵੇਂ ਰਿਲੇਸ਼ਨਸ਼ਿਪ ਸੀ ਉਹ ਦੱਸਣਾ ਜ਼ਰੂਰੀ ਹੈ ਸੋ ਹੀ ਇਜ਼ ਅ ਯੰਗ ਬੋਏ ਹੀ ਸੇਜ਼ ਕਿ ਮੈਨੂੰ 3 ਸਾਲ ਹੋ ਗਏ ਆ ਹੁਣ ਵਿਆਹ ਹੋਏ ਨੂੰ ਸੋ ਇਹ ਮੈਂ ਜੋ ਓਬਜ਼ਰਵ ਕਰ ਰਹੀ ਹਾਂ ਕਿ ਥੋੜ੍ਹੀ ਡਿਫਰੈਂਸ ਆਫ ਓਪੀਨੀਅਨ ਬਿਟਵੀਨ ਦ ਟੂ ਜਨਰੇਸ਼ਨਸ ਅਗੇਨ ਵੀ ਆਰ ਹੀਅਰ ਕਿ ਹੁਣ ਦੇ ਹਿਸਾਬ ਨਾਲ ਸ਼ਾਇਦ ਇਹੀ ਕਹਿ ਰਹੇ ਨੇ ਕਿ ਦੱਸੋ ਉਹਨਾਂ ਨੂੰ ਇੰਨਾ ਜ਼ਿਆਦਾ ਬੋਰ ਨਾ ਕਰੋ
ਕਿ ਉਹ ਤੁਸੀਂ ਬਾਰ ਬਾਰ ਆਪਣੇ ਐਕਸ ਬਾਰੇ ਦੱਸਦੇ ਰਹੋ ਜਾਂ ਕੰਪੇਅਰ ਨਾ ਕਰੋ, ਕੁਛ ਚੀਜ਼ਾਂ ਜਿਹੜੀਆਂ ਬਿਲਕੁਲ ਨਾ ਕਰੋ, ਡੋਂਟ ਕੰਪੇਅਰ, ਡੋਂਟ ਸੇ ਅਦਰ ਥਿੰਗਸ, ਬਟ ਹਾਂ ਸੀਗਾ ਬ੍ਰੇਕਅਪ ਕਿਉਂ ਹੋਇਆ, ਫੋਰ ਐਗਜ਼ਾਮਪਲ ਕਿ ਹੀ ਨੈਵਰ ਕੇਅਰਡ, ਜਿਸ ਚੀਜ਼ ਬਾਰੇ ਮੈਂ ਕੇਅਰ ਕਰਦੀ ਸੀ ਹੀ ਡਿਡਨਟ ਕੇਅਰ, ਸੋ ਦੈਟ ਵਿਲ ਬੀ ਹੈਲਪਫੁਲ ਇਨ ਅ ਕਰੰਟ ਰਿਲੇਸ਼ਨਸ਼ਿਪ। ਜਾਂ ਫਿਰ ਯੂ ਨੋ ਕਿ ਆਈ ਐਮ ਸੋ ਹੈਪੀ, ਐਂਡ ਸੇਮ ਬ੍ਰੈਥ ਜਿਹਦੇ ਵਿੱਚ ਤੁਸੀਂ ਦੱਸਦੇ ਹੋ, ਸੇਮ ਬ੍ਰੈਥ ਦੇ ਵਿੱਚ, ਸੇਮ ਕਨਵਰਸੇਸ਼ਨ ਦੇ ਵਿੱਚ ਡੂ ਟੈਲ ਦੈਟ ਆਈ ਐਮ ਸੋ ਹੈਪੀ ਦੈਟ ਆਈ ਐਮ ਵਿਦ ਯੂ ਨਾਓ, ਬਟ ਦਿਸ ਵਾਜ, ਦਿਸ ਇਜ਼ ਅ ਰਿਐਲਿਟੀ ਵਿਚ ਵਾਜ, ਯੂ ਨੋ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ। ਸੋ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਆ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਆਵਾਜ਼ ਕਲੀਅਰ ਨਹੀਂ ਹੈ, ਪਲੀਜ਼ ਦੁਬਾਰਾ ਫੋਨ ਕਰੋ। ਹੈਲੋ ਅਰਵਿੰਦ ਜੀ। ਹਾਂਜੀ ਸੁਦਰਸ਼ਨ ਜੀ, ਮੈਨੂੰ ਥੋੜਾ ਜਿਹਾ ਹੋਰ ਖਿਆਲ ਆ ਗਿਆ। ਦੱਸੋ ਕਿ ਅਗਰ ਉਹ ਲੜਕਾ ਜਿਹੜਾ ਹੈ ਉਹ ਦੱਸੇਗਾ ਕਿ ਮੇਰੀ ਵੀ ਕੋਈ ਗਰਲਫ੍ਰੈਂਡ ਸੀ, ਕਿਉਂਕਿ ਇਤਨੇ ਵੱਡੇ ਬੱਚੇ ਜਿਹੜੇ ਹੁੰਦੇ ਨਾ ਕੋਈ ਨਾ ਕੋਈ ਤੇ ਫਰੈਂਡਸ ਹੁੰਦੀਆਂ ਹੀ ਨੇ, ਜ਼ਰੂਰ ਤੇ ਕੋਈ ਵੀ ਨਹੀਂ ਹੁੰਦਾ। ਦੈਟ ਇਜ਼ ਅ ਗੁੱਡ ਪੁਆਇੰਟ ਸੁਦਰਸ਼ਨ ਜੀ, ਬਿਕੋਜ਼ ਇੱਕ ਦੱਸਦਾ ਤੇ ਦੂਸਰਾ ਵੀ ਦੱਸਦਾ, ਐਂਡ ਇਟ ਹੈਲਪਸ। ਕਹਿੰਦੇ ਨੇ ਦੇ ਆਰ ਟੂ ਬੈਨੀਫਿਟਸ ਆਫ ਦਿਸ, ਇੱਕ ਤਾਂ ਤੁਸੀਂ ਓਪਨ ਕਮਿਊਨੀਕੇਸ਼ਨ ਨੂੰ ਇਨਵਾਈਟ ਕਰ ਰਹੇ ਹੋ, ਰਾਈਟ, ਐਂਡ ਦੂਸਰਾ ਪਰਸਨਲ ਗਰੋਥ ਵੀ ਇਹਦੇ ਨਾਲ ਦੱਸਦੀ ਹੈ। ਜਿਵੇਂ ਫੋਰ ਐਗਜ਼ਾਮਪਲ ਅਗਰ ਕੁੜੀ ਕਹਿੰਦੀ ਹੈ ਸਾਡੀ ਬਣੀ ਨਹੀਂ ਕਿਉਂਕਿ ਉਸ ਵੇਲੇ ਨਾ ਉਹ ਇੰਜ ਕਰਦਾ ਸੀ ਔਰ ਮੈਨੂੰ ਵੀ ਬੜਾ ਗੁੱਸਾ ਆ ਜਾਂਦਾ ਸੀ, ਸੋ ਦੈਟ ਮੀਨਸ ਯੂ ਹੈਵ ਅ ਰਿਅਲਾਈਜ਼ੇਸ਼ਨ ਕਿ ਮੈਂ ਗੁੱਸਾ ਕਰ ਜਾਂਦੀ ਸੀ, ਹੁਣ ਮੇਰਾ ਕੰਟਰੋਲ ਹੈ ਉਸ ਚੀਜ਼ ਤੇ। ਬਿਲਕੁਲ, ਸੋ ਇਟ ਹੈਲਪਸ ਇਨ ਪਰਸਨਲ ਗਰੋਥ। ਯਾ, ਕਿਉਂਕਿ ਲੜਕੀ ਜਿਸ ਤਰ੍ਹਾਂ ਲੜਕੀ ਦੀ ਮਾਂ ਨੇ ਸਵਾਲ ਕੀਤਾ, ਅਗਰ ਉਹਦਾ ਇਹ ਬੇਟਾ ਹੁੰਦਾ ਤੇ ਕਿਆ ਉਹਨੂੰ ਆਪਣੇ ਉਹਨੂੰ ਕਹਿੰਦੀ ਕਿ ਵੀ ਦੱਸਣੀ ਚਾਹੀਦੀ ਹੈ ਕਿ ਨਹੀਂ ਦੱਸਣੀ ਚਾਹੀਦੀ, ਫਿਰ ਦੂਸਰੀ ਤਰਫ ਹੋ ਜਾਂਦੀ ਗੱਲ। ਉਹਦੀ ਮਾਂ ਇਹ ਨਾ ਕਹਿੰਦੀ ਕਿ ਤੂੰ ਜਾ ਕੇ ਦੱਸ ਕਿ ਤੇਰੀ ਵੀ ਕੋਈ ਗਰਲਫ੍ਰੈਂਡ ਸੀ ਜਾਂ ਨਹੀਂ ਸੀ। ਆਈ ਥਿੰਕ ਇਟਸ ਦਾ ਅਦਰ ਵੇ ਅਰਾਊਂਡ, ਕੁੜੀਆਂ ਮੁੰਡਿਆਂ ਨੂੰ ਤੇ ਅਸੀਂ ਰੋਕਦੇ ਹੀ ਨਹੀਂ, ਮੁੰਡਿਆਂ ਕਹਿੰਦੇ ਬੇਸ਼ੱਕ ਜਾ ਕੇ ਬ੍ਰੈਗ ਕਰਕੇ ਹਾਂ ਮੇਰੇ ਵੀ ਸੀਗੇ। ਵੀ ਡੋਨਟ ਸਟਾਪ ਦੈਟ ਨਾ ਲਗਰ ਕੋਈ ਸਾਜ਼ ਮੇਰੇ ਕੋ ਗਰਲਫ੍ਰੈਂਡ ਸੀ, ਕੁੜੀਆਂ ਨੂੰ ਕਾਹਦੇ ਵਾਸਤੇ ਡਰ ਲੱਗ ਰਿਹਾ, ਐਸੀ ਕੋਈ ਗੱਲ ਨਹੀਂ ਹੈ। ਪਰ ਇਹ ਤੇ ਬੜੀ ਛੋਟੀ ਜਿਹੀ ਗੱਲ ਹੈ, ਉਸ ਬੱਚੇ ਨੂੰ ਸੋਚਣਾ ਹੀ ਚਾਹੀਦਾ। ਮੰਨੀ ਜੀ ਨੇ ਬਿਲਕੁਲ ਠੀਕ ਕਿਹਾ ਕਿ ਬੱਚੇ ਬੜੇ ਸਮਾਰਟ ਨੇ, ਸ਼ੀ ਨੋਜ਼ ਹਾਊ ਟੂ ਟੈਲ ਐਂਡ ਹਾਊ ਮੱਚ ਟੂ ਟੈਲ। ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮੱਚ ਦਰਸ਼ਨ ਜੀ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਦੱਸੋ ਕੀ ਕਹਿੰਦੇ ਹੋ। ਹਾਂਜੀ ਮੈਂ ਤਾਂ ਆਪ ਇਹੀ ਕਹਿੰਦੀ ਆ ਵੀ ਦੱਸ ਹੀ ਦੇਣਾ ਚਾਹੀਦਾ ਹੈਗਾ, ਇਹਦੇ ਵਿੱਚ ਅੱਜ ਕੱਲ ਇਹ ਨੋਰਮਲ ਚੀਜ਼ ਹੈ। ਠੀਕ ਹੈ, ਤੇ ਇੱਥੇ ਹੁਣ ਆਪਾਂ ਵੀ ਅਮਰੀਕਾ ਦੇ ਵਿੱਚ ਆ ਗਏ ਆ ਤੇ ਆਪਣੇ ਵਿਚਾਰ ਵੀ ਉਸ ਤਰ੍ਹਾਂ ਦੇ ਹੀ ਹੋ ਗਏ ਆ। ਤੇ ਉਹ ਇਹਨਾਂ ਦੀ ਕਜ਼ਨ ਸੀਗੀ ਤੇ ਉਹਦਾ ਬੇਟਾ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹਦੀ ਕੋਈ ਫਰੈਂਡ ਹੈ ਕੀ, ਕਹਿੰਦੀ ਹਾਂ ਹੈ, ਇਹ ਨੋਰਮਲ ਹੈ, ਮਤਲਬ ਨੋਰਮਲ ਹੈਗੇ ਆ ਤਾਂ ਉਹਨਾਂ ਦੀ ਫਰੈਂਡ ਹੋਣੀ ਜ਼ਰੂਰੀ ਹੈ। ਉਹ ਹੀ ਪਰਸਪੈਕਟਿਵ ਸਾਡਾ, ਨਜ਼ਰੀਆ ਇਸ ਵੇਲੇ ਸਾਡਾ ਕਹਿ ਲਓ ਜਾਂ ਕਰੰਟ ਜਨਰੇਸ਼ਨ ਦਾ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾਗਾ ਕਿ ਅਸੀਂ ਬਾਅਦ ਵਿੱਚ ਵੀ ਕਈ ਵਾਰੀ ਪਤਾ ਕੀ ਆ ਕੋਈ ਗੱਲ ਕੋਈ ਨਾ ਕੋਈ ਤੇ ਬੰਦਾ ਕਰਦਾ ਹੀ ਆ, ਨਹੀਂ ਹਰੇਕ ਥਾਂ ਦੇ ਉੱਤੇ ਬੰਦੇ ਨੂੰ ਚੁੱਪ ਹੋਣਾ ਪੈਂਦਾ ਏ, ਕਿਉਂਕਿ ਮੂੰਹ ਦੇ ਵਿੱਚ ਤਾਂ ਆਈ ਜਾਂਦੀ ਹੈ। ਹੁਣ ਗੱਲਾਂ ਹੀ ਇਹੋ ਜਿਹੀਆਂ ਹੁੰਦੀਆਂ, ਇਹ ਸਭ ਥਾਂ ਫਰੈਂਡ ਦੇ, ਉਹਦੀ ਫਰੈਂਡਸ਼ਿਪ ਪਹਿਲਾਂ ਸੀਗੀ, ਵਿਆਹ ਇਸ ਤਰ੍ਹਾਂ ਹੋ ਗਿਆ, ਹੁਣ ਵਿਆਹ ਹੋ ਕੇ ਵੀ ਅਗਲਾ ਦੂਜਾ ਵਿਆਹ ਕਰਾਉਂਦਾ ਹੀ ਆ ਨਾ। ਬਿਲਕੁਲ, ਉਹ ਕਿਹੜਾ ਨਹੀਂ ਕਰਾਉਂਦਾ, ਹੁਣ ਬੱਚੇ ਵੀ ਹੋਏ ਹੁੰਦੇ, ਇਹ ਅੱਜ ਦੀ ਗੱਲ ਨਹੀਂ, ਇਹ ਪੁਰਾਣੀਆਂ ਹੀ ਗੱਲਾਂ, ਕਿਸੇ ਦੇ ਬੱਚੇ ਵੀ ਹੁੰਦੇ ਸੀਗੇ ਪਤਾ, ਫੇਰ ਵੀ ਵਿਆਹ ਹੋ ਜਾਂਦੇ ਸੀਗੇ, ਉੱਥੇ ਵੀ ਦੱਸਦੇ ਸੀਗੇ, ਹੁਣ ਅੱਜ ਕੱਲ ਵੀ ਦੱਸਦੇ ਆ ਜੇ ਠੀਕ ਆ, ਬੱਚੇ ਆਪਸ ਵਿੱਚ ਹੀ ਗੱਲ ਕਰ ਲੈਂਦੇ, ਮਾਂ ਨੂੰ ਤਾਂ ਵਿੱਚ ਆਉਣ ਦੀ ਲੋੜ ਹੀ ਨਹੀਂ ਗੀ, ਉਹਨਾਂ ਦੀ ਗੱਲ ਆ ਤੇ ਉਹਨਾਂ ਨੂੰ ਆਪੇ ਹੀ ਕਰਨ ਦਿਓ ਤੇ ਆਪੇ ਹੀ। ਹਾਂਜੀ ਬਿਲਕੁਲ ਨਹੀਂ, ਮਾਂ ਨੂੰ ਕੋਈ ਰੋਕਣਾ ਚਾਹੀਦਾ ਗਾ ਕਿ ਅਸੀਂ ਹੌਲੇ ਹੋਈਏ, ਮਤਲਬ ਅਸੀਂ ਭਾਰ ਦਿਮਾਗ ਤੇ ਲੈ ਕੇ ਨਾ ਇਸ ਚੀਜ਼ ਨੂੰ ਸ਼ੁਰੂ ਕਰੀਏ। ਇਹ ਬਹੁਤ ਅੱਛਾ ਪੁਆਇੰਟ ਤੁਸੀਂ ਲਿਆਏ ਹੋ ਸੁਰਿੰਦਰ ਜੀ, ਬਿਕੋਜ਼ ਇਹ ਜਿਹੜਾ ਗੱਲਬਾਤ ਸਾਡੀ ਕਰਨ ਦਾ ਜਿਹੜਾ ਇੱਕ ਮਕਸਦ ਹੈ ਨਾ, ਉਹ ਇਹ ਵੀ ਹੈ ਕਿ ਪੇਰੈਂਟਸ ਨੂੰ ਕਿੰਨਾ ਸਟ੍ਰੈਸ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿੰਨਾ ਭਾਰ ਲੱਗਦਾ ਹੈ, ਇਹਦੀ ਮਾਂ ਨੂੰ ਸਟ੍ਰੈਸ ਹੀ ਬਣ ਗਿਆ ਨਾ, ਕਿਉਂ ਅਸੀਂ ਸਟ੍ਰੈਸ ਦੇ ਵਿੱਚ ਪਈਏ, ਅਸੀਂ ਇਹ ਬੜਾ ਸੋਹਣਾ ਰਿਲੇਸ਼ਨਸ਼ਿਪ ਹੁੰਦਾ ਹੈ, ਇਹਨੂੰ ਪਰਮਾਤਮਾ ਦੇ ਅੱਗੇ ਅਸੀਂ ਆਪਣਾ ਸਿਰ ਨਵਾਉਨੇ ਆ, ਤੇ ਇਹ ਰਿਸ਼ਤਾ ਵੀ ਉਵੇਂ ਹੀ ਆ ਕਿ ਪਰਮਾਤਮਾ ਦਾ ਬਣਾਇਆ ਹੋਇਆ ਰਿਸ਼ਤਾ ਹੁੰਦਾ ਹੈ, ਇਸ ਨੂੰ ਬਿਲਕੁਲ ਫ੍ਰੀ ਸਭ ਕੁਝ ਦੱਸ ਦੇਣਾ ਚਾਹੀਦਾ, ਕੋਈ ਇਹਦੇ ਵਿੱਚ ਮਾੜਾ ਕੰਮ ਨਹੀਂਗਾ। ਬਹੁਤ ਸੋਹਣੀ, ਇੱਕ ਜ਼ਿੰਦਗੀ ਦਾ ਸਫ਼ਰ ਹੀ ਆ, ਕੋਈ ਸਾਨੂੰ ਸਫ਼ਰ ਵਿੱਚ ਮਿਲਿਆ ਆਪਾਂ ਵਾਰ-ਵਾਰ ਉਹਦਾ ਨਾਂ ਲੈ ਲੈਨੇ ਆ। ਰਾਈਟ, ਤੇ ਮੇਰਾ ਤੇ ਆਪ, ਮੇਰੇ ਪੇਰੈਂਟਸ ਨੇ ਮਤਲਬ ਹਜੇ ਮੰਗਣਾ ਨਹੀਂ ਸੀ ਹੋਇਆ, ਹਫ਼ਤਾ ਕੁ ਰਹਿੰਦਾ ਸੀਗਾ, ਤੇ ਮਤਲਬ ਮੇਰੀ ਮਦਰ ਨੂੰ ਨਹੀਂ ਪਸੰਦ ਸੀਗਾ ਤੇ ਉਹ ਹੋ ਗਿਆ, ਮਤਲਬ ਉੱਥੇ ਨਹੀਂ ਹੋਇਆਗਾ, ਮੈਂ ਆਪ ਹੀ ਹਰੇਕ ਥਾਂ ਤੇ ਦੱਸ ਦਿੰਨੀ ਆ, ਕਿਉਂਕਿ ਬੰਦੇ ਦੇ ਅੰਦਰੋਂ ਕੋਈ ਨਾ ਕੋਈ ਪੁਰਾਣੀਆਂ ਗੱਲਾਂ ਨਿਕਲਦੀਆਂ ਰਹਿੰਦੀਆਂ ਏ। ਹਾਂਜੀ, ਕੋਈ ਨਹੀਂ, ਸਮਾਂ ਵਧੀਆ, ਮਾਂ ਨੂੰ ਬਿਲਕੁਲ ਭੈਣੇ ਇਹਨੂੰ ਨਾ ਰੋਕੋ, ਤੁਸੀਂ ਸੁਣਦੇ ਪਏ ਆ ਬੱਚਿਆਂ ਦੀਆਂ ਗੱਲਾਂ, ਉਹ ਪਹਿਲੇ ਜਵਾਨੇ ਦੀ ਗੱਲ ਸੀ, ਤੁਸੀਂ ਉਹ ਸੋਚਦੇ ਆ, ਪਰ ਅੱਜ ਕੱਲ ਦਾ ਜਵਾਨਾ ਹੋਰ ਆ, ਬਿਲਕੁਲ ਫ੍ਰੀ ਮਾਈਂਡ ਹੋ ਕੇ ਆਪਣੀ ਗੱਲ ਕਰੋ।
ਬਹੁਤ ਵਧੀਆ, ਥੈਂਕ ਯੂ। ਛੋਟੀ ਕੁੜੀ ਜਿਹੜੀ ਹੈਗੀ ਆ ਉਹ ਉਸੇ ਤਰ੍ਹਾਂ ਹੀ ਆ, ਪਵਿੱਤਰ ਆ, ਸਭ ਕੁਝ ਆ, ਮਤਲਬ ਕੋਈ ਉਹਦੇ ਉੱਤੇ ਕੋਈ ਦਾਗ ਨਹੀਂ ਗਾ ਇਹ। ਜੀ 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 ਬਿਲਕੁਲ, ਥੈਂਕ ਯੂ ਸੋ ਮਚ ਸੁਰਿੰਦਰ ਜੀ। ਬਹੁਤ ਸੋਹਣਾ ਗੱਲ, ਮੇਰੇ ਖਿਆਲ ਪੁਆਇੰਟ ਤੇ ਅਸੀਂ ਆਏ ਹਾਂ ਡਿਸਕਸ਼ਨ ਦੇ ਵਿੱਚ ਕਿ ਇਹ ਚੀਜ਼ ਡੈਫੀਨੇਟਲੀ ਇੱਕ ਪੇਰੈਂਟਸ ਨੂੰ ਮੈਸੇਜ ਜ਼ਰੂਰ ਹੈ ਕਿ ਖਾਸ ਤੌਰ 'ਤੇ ਕੁੜੀਆਂ ਦੇ ਪੇਰੈਂਟਸ ਨੂੰ, ਜਿਵੇਂ ਅਸੀਂ ਸੁਦਰਸ਼ਨ ਜੀ ਨੇ ਕਿਹਾ ਕਿ ਮੁੰਡੇ ਦੇ 'ਤੇ ਬ੍ਰੈਗ ਕਰਦੇ ਸੀ, ਹਾਂਜੀ ਸੀਗਾ ਹੁਣ ਨਹੀਂ ਹੈ, ਕੋਈ ਨਹੀਂ ਹੁਣ ਇੱਥੇ ਵਿਆਹ ਹੋ ਰਿਹਾ, ਪਰ ਕੁੜੀਆਂ ਦੇ ਵਿੱਚ ਅਸੀਂ ਇੰਨਾ ਭਾਰ ਲੈਂਦੇ ਹਾਂ ਉਹ ਸਟ੍ਰੈਸ ਵਿੱਚ। ਕਈ ਵਾਰੀ ਜੋ ਮੇਰੇ ਕੋਲ ਕੇਸਿਸ ਆਉਂਦੇ ਆ ਉਹ ਇਹਦੇ 'ਚ ਕਿ ਮੈਨੂੰ ਵਿਆਹ ਤੋਂ ਪਹਿਲੇ ਇਹ ਚੀਜ਼ ਗੱਲ ਪਤਾ ਲੱਗ ਗਈ ਸੀ, ਪਰ ਨਹੀਂ ਇਹ ਦੋਨੋਂ ਇਕੱਠੇ ਸੀਗੇ ਸੋ ਹੁਣ ਤਾਂ ਕਰਨਾ ਹੀ ਪੈਣਾ ਸੀ। ਐਸਾ ਕੁਛ ਨਹੀਂ ਹੈ, ਯੂ ਨੋ ਪੇਰੈਂਟਸ ਇਸ ਭਾਰ ਕਰਕੇ ਕਈ ਵਾਰੀ ਐਸੇ ਗਲਤ ਡਿਸੀਜਨਸ ਲੈ ਲੈਂਦੇ ਹੈ ਕਿ ਹਾਏ ਅਗਰ ਇਹਦੇ ਨਾਲ ਨਾਮ ਜੁੜਿਆ ਹੋਇਆ ਤਾਂ ਹੁਣ ਦੂਜਾ ਕਰਾਂਗੇ ਤਾਂ ਮੁਸ਼ਕਿਲ ਹੋਏਗੀ। ਐਸਾ ਕੁਛ ਨਹੀਂ ਹੈ, ਜੇ ਪਹਿਲੇ ਪਤਾ ਲੱਗ ਜਾਂਦਾ ਕੁਛ ਤਾਂ। ਕਈ ਪੇਰੈਂਟਸ ਨੇ ਮੈਨੂੰ ਕਿਹਾ ਕਿ ਨਹੀਂ ਉਹ ਸਾਨੂੰ ਪਤਾ ਤਾਂ ਲੱਗ ਗਿਆ ਸੀ ਮੁੰਡਾ ਇਹੋ ਜਿਹਾ, ਪਰ ਉਹ ਹੁਣ ਹੋ ਚੁੱਕਿਆ ਸੀ, ਮੰਗਣਾ ਹੋ ਚੁੱਕਿਆ ਸੀ, ਸਾਰੀ ਬਰਾਦਰੀ 'ਚ ਹੋ ਗਿਆ ਸੀ ਵੀ ਇਕੱਠੇ ਨੇ, ਇਹ ਤਾਂ ਫਿਰ ਕਰਨਾ ਹੀ ਪਿਆ, ਔਰ ਬਾਅਦ ਵਿੱਚ ਫਿਰ ਭੁਗਤਦੇ ਰਹੇ। ਸੋ ਇਹ ਸਟ੍ਰੈਸ ਨਾ ਲੈਣ, ਖਾਸ ਤੌਰ 'ਤੇ ਕੁੜੀਆਂ ਦੇ ਪੇਰੈਂਟਸ ਜਿਹੜਾ ਹੈਗਾ ਕਿ ਜੋ ਉਹਦੇ ਸੋਚਦੇ ਹੈ ਕਿ ਨਹੀਂ ਇਹ ਚੀਜ਼ ਸਾਡੇ ਰਿਸ਼ਤੇ ਨੂੰ ਤੋੜੇਗੀ ਜਾਂ ਰਿਸ਼ਤੇ ਨੂੰ ਖਰਾਬ ਕਰੇਗੀ, ਉਹ ਵਾਲਾ ਸਟ੍ਰੈਸ ਸੁਰਿੰਦਰ ਜੀ ਨੇ ਬੜਾ ਸਹੀ ਇਹ ਪੁਆਇੰਟ ਲੈ ਕੇ ਆਏ ਨੇ ਕਿ ਉਹ ਸਟ੍ਰੈਸ ਨਾ ਲਓ। ਹੁਣ ਖੁੱਲ੍ਹੇ ਦਿਮਾਗ ਨਾਲ ਇੱਕ ਬਿਲਕੁਲ ਯੂ ਨੋ ਸ਼ੁਰੂਆਤ ਕਰ ਰਹੇ ਹੋ, ਔਰ ਇਹ ਜਿਹੜੇ ਵਰਡਸ ਵੀ ਹੈਗੇ ਨਾ ਪਿਓਰਟੀ ਪਿਓਰ ਸ਼ੋਰ, ਇਹ ਪੁਰਾਣੇ ਹੋ ਗਏ, ਇਹਨੂੰ ਛੱਡ ਦਿਓ ਹੁਣ ਇਹ ਵਰਡਸ, ਹੁਣ ਕੁੜੀਆਂ ਵਾਸਤੇ ਮੁੰਡਿਆਂ ਵਾਸਤੇ ਲੈਟਸ ਨੋਟ ਡੂ ਦੈਟ। ਇਹ ਬਹੁਤ ਜ਼ਿਆਦਾ ਪ੍ਰੈਸ਼ਰ ਔਰ ਬਹੁਤ ਜ਼ਿਆਦਾ ਓਲਡ ਫੈਸ਼ਨਡ ਵਰਡਸ ਹੈ, ਡੋਂਟ ਕਨੈਕਟ ਦੈਮ ਵਿਦ ਪੀਪਲ। ਕੁੜੀਆਂ ਵਾਸਤੇ ਮੁੰਡਿਆਂ ਵਾਸਤੇ ਉਹ ਫੋਰ ਸਮ ਟਾਈਮ ਛੋੜ ਦਿਓ, ਕੋਈ ਚੀਜ਼ ਹੈ ਹੀ ਨਹੀਂ ਹੈ ਉਸ ਤਰ੍ਹਾਂ ਦੀ ਕਿ ਪਿਓਰ ਇਮਪਿਓਰ, ਕੋਈ ਕੋਈ ਸੋਨਾ ਥੋੜ੍ਹੀ ਹੈ ਅਸਲੀ ਮੈਟਲ ਦਾ ਵੀ ਹਾਂਜੀ ਹੈ ਮਿਲਾਵਟ ਹੋਈ ਹੋਈ ਹੈ ਅਤੇ ਨਹੀਂ ਹੋਈ ਹੋਈ। ਸੋ ਡੋਂਟ ਯੂਜ਼ ਦੋਜ਼ ਵਰਡਸ ਵਿਦ ਵਿਮੈਨ ਔਰ ਮੈਨ ਔਰ ਐਨੀਥਿੰਗ ਔਰ ਗਰਲਸ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਾ ਦਾ ਫਿਰ ਸਵਾਗਤ ਹੈ। ਗੱਲ ਮੈਂ ਕਰ ਰਹੀ ਸੀ ਪਿਓਰਟੀ ਬਾਰੇ, ਯਾ ਯੂ ਨੋ ਵੋਕੈਬਲਰੀ, ਸਾਡੀ ਸ਼ਬਦਾਵਲੀ ਬਹੁਤ ਮਾਇਨੇ ਰੱਖਦੀ ਹੈ, ਸਾਨੂੰ ਚੇਂਜ ਕਰਨੀ ਪਏਗੀ ਉਹ ਸ਼ਬਦਾਵਲੀ, ਕਿਉਂਕਿ ਇਨਸਾਨਾਂ ਦੇ ਨਾਲ ਖਾਸ ਕਰ ਕੁੜੀਆਂ ਨਾਲ ਵਸਤੂਆਂ ਵਾਲੀ ਜਿਹੜੀ ਅਸੀਂ ਚੀਜ਼ ਯੂਜ਼ ਕਰਦੇ ਹਾਂ, ਜਿਹੜੀ ਹੁਣ ਤੱਕ ਕਰਦੇ ਆਏ ਹਾਂ, ਜਾਣੇ ਅਣਜਾਣੇ 'ਚ ਉਹ ਕਲਚਰ ਸੀਗਾ, ਉਹ ਚਲਨ ਸੀਗਾ ਕਿ ਜੋ ਅਸੀਂ ਕਰਦੇ ਹਾਂ। ਸੋ ਕੋਈ ਕਿਸੇ ਨੂੰ ਕੋਈ ਆਪਣੇ 'ਤੇ ਨਾ ਲਵੇ ਗੱਲ ਕਿ ਮੈਂ ਕਿਸੇ ਨੂੰ ਖਾਸ ਕਹਿ ਰਹੀ ਹਾਂ, ਪਰ ਡੈਫੀਨੇਟਲੀ ਅਸੀਂ ਇਕੱਠੇ ਮਿਲ ਕੇ ਇਹ ਚੇਂਜ ਲੈ ਕੇ ਆਉਣਾ ਕਿ ਉਹ ਜਿਹੜੀ ਯੂ ਨੋ ਆਟਾ ਦਾਲ ਕਿ ਹਾਂਜੀ ਉਹਦੇ 'ਚ ਮਿਲਾਵਟ ਹੋਈ, ਉਹ ਸਾਰਾ ਕੁਛ ਅਲੱਗ ਹੋ ਗਿਆ। ਹੁਣ ਸਪਿਰਿਟ ਜਿਹੜੀ ਹੈਗੀ ਹੈ, ਸੋਲ ਜਿਹੜੀ ਹੈਗੀ, ਉਹ ਤਾਂ ਪਿਓਰ ਹੈ ਹੀ ਹੈ, ਸਭ ਦੀ ਪਿਓਰ ਹੈ, ਕਿਉਂਕਿ ਉਸ ਅਕਾਲ ਪੁਰਖ ਦਾ ਅੰਸ਼ ਜੋ ਹੈ ਉਹ, ਅਸੀਂ ਸਾਰੇ ਬੜੀ ਪਿਓਰ ਸਪਿਰਿਟ ਵਾਲੇ ਹੈਗੇ ਹਾਂ, ਪਿਓਰ ਸੋਲ ਵਾਲੇ ਹਾਂ, ਬਸ ਉਹੀ ਹੈ ਕਿ ਸਾਡੇ ਹੋਰ ਕਰਮ ਅਤੇ ਹੋਰ ਚੀਜ਼ਾਂ ਤਿਆਂ ਜਮਾ ਦਿੰਦੀਆਂ, ਤਾਂ ਅੰਦਰ ਜਿਹੜੀ ਸੋਲ ਹੈ ਉਹ ਤਾਂ ਬੜੀ ਪਿਓਰ ਹੈ। ਸੋ ਲੈਟਸ ਯੂ ਨੋ ਸਟਾਰਟ ਬੀ ਮਾਈਂਡਫੁਲ ਅਬਾਊਟ ਦੈਟ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਦਵਿੰਦਰ ਬੋਲ ਰਹੀ ਹਾਂ। ਹਾਂਜੀ ਹਾਂਜੀ, ਦਵਿੰਦਰ ਜੀ ਦੱਸੋ ਕੀ ਕਹਿੰਦੇ ਹੋ ਅੱਜ? ਉਹਦੇ ਵਿੱਚ ਇਹ ਹੈ ਕਿ ਕਈ ਵੇਲੇ ਇਹ ਲੜਕੀਆਂ ਨਾਲ ਵੀ ਇਹ ਆਉਂਦਾ ਹੁੰਦਾ ਵਾ ਜਾਂ ਕਿੱਦਾਂ ਵਾ, ਪਰ ਇਹ ਆ ਵੀ ਲੜਕੀਆਂ ਨਾਲ ਜ਼ਿਆਦਾ ਜਾਗ ਸੋਚਦੀਆਂ ਇਸ ਬਾਰੇ। ਹਾਂ ਬਿਲਕੁਲ, ਇਹਦੇ ਵਿੱਚ ਜੇ ਉਹ ਦੱਸ ਦੇਵੇ ਤਾਂ ਵੀ ਮੁਸ਼ਕਲ ਨਹੀਂ, ਨਾ ਦੱਸੇ ਤਾਂ ਵੀ ਕੋਈ ਮੁਸ਼ਕਲ ਨਹੀਂ, ਕਿਉਂਕਿ ਜੇ ਉਸਨੇ ਬਦਲਣਾ ਹੋਊਗਾ ਤਾਂ ਉਹਦੇ ਨੇਚਰ ਦਾ ਪਤਾ ਨਹੀਂ ਲੱਗਣਾ ਉਹਨੇ ਕਦੋਂ ਬਦਲ ਜਾਣਾ। ਜਿੱਥੇ ਡਿਸਕਸ਼ਨ ਦਾ ਪੁਆਇੰਟ ਆਇਆ ਸੀ ਨਾ, ਜਿਹੜੇ ਹੁਣੇ ਸੁਰਿੰਦਰ ਜੀ ਨੇ ਕਿਹਾ ਭਾਰ ਲੈਣ ਦੀ ਲੋੜ ਨਹੀਂ ਹੈ, ਠੀਕ ਹੈ ਜ਼ਰੂਰ ਦੱਸੋ ਪਰ ਇੰਨੀਆਂ ਇੰਟੀਮੇਟ ਡਿਟੇਲਸ ਨਾ ਦੱਸੋ। ਨਹੀਂ ਤੇ ਸਰ ਜਿਹੜਾ 718 ਵਾਲਾ ਇੱਥੇ ਕਾਲ ਕਰ ਲਿਓ ਮੈਨੂੰ ਜਦੋਂ ਵੀ ਤੁਹਾਨੂੰ ਟਾਈਮ ਮਿਲੇ। ਠੀਕ ਹੈ ਜੀ, ਓਕੇ, ਬਹੁਤ ਵਧੀਆ, ਥੈਂਕ ਯੂ ਸੋ ਮਚ। ਹੋਰ ਪੁੱਛਦੇ ਆ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਟੀ
ਜੋ ਪਲੀਜ਼, ਟੀਵੀ ਦੀ ਆਵਾਜ਼ ਆ ਰਹੀ ਹੈ। ਹਾਂਜੀ ਪਲੀਜ਼ ਤੁਸੀਂ ਬਿਲਕੁਲ ਫੋਨ ਦੇ ਉੱਤੇ ਧਿਆਨ ਦਿਆ ਕਰੋ। ਟਾਈਮ ਰਹਿ ਗਿਆ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ ਜੀ, ਦੱਸੋ ਕੀ ਕਹਿੰਦੇ ਹੋ? ਮੈਂ ਤੇ ਕਹਾਂਗੀ ਬੱਚੇ ਪੜ੍ਹਾ ਲਿਖਾ ਕੇ ਪਾਲ ਸਾਂਭ ਕੇ ਮਾਂ ਬਾਪ ਦਾ ਫਰਜ਼ ਹੁੰਦਾ ਹੈ, ਪਰ ਬੱਚਿਆਂ ਜਿੱਥੇ ਚੁਆਇਸ ਹੋਵੇ, ਜਿੱਥੇ ਮਨ ਖੁਸ਼ ਹੋਵੇ, ਉੱਥੇ ਮਾਂ ਬਾਪ ਨੂੰ ਪਿੱਛੇ ਲੱਗ ਜਾਣਾ ਚਾਹੀਦਾ ਹੈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਖੁਸ਼ ਰਹਿਣ, ਜੇ ਅਸੀਂ ਆਪਣੀ ਮਰਜ਼ੀ ਕਰਾਂਗੇ, ਕਈ ਵਾਰ ਬੱਚਿਆਂ ਦੀ ਚੁਆਇਸ ਨਹੀਂ ਪੂਰੀ ਹੁੰਦੀ ਤੇ ਬੱਚੇ ਬੜੀ ਪਰੇਸ਼ਾਨੀ 'ਚ ਆ ਜਾਂਦੇ ਨੇ, ਫਿਰ ਉਹੀ ਲਫ਼ਜ਼ ਮਾਂ ਬਾਪਾਂ 'ਤੇ ਜਿਹੜਾ ਔਖਾ ਹੋ ਜਾਂਦਾ ਹੈ। ਜਿਵੇਂ ਬੱਚਿਆਂ ਦੀ ਖੁਸ਼ੀ ਉਵੇਂ ਚੱਲੋ, ਸਾਰੇ ਤੁਹਾਨੂੰ ਵੀ ਅਸੀਂ ਵੀ ਜੋ ਵੀ ਹੈ, ਜਿਵੇਂ ਬੱਚਿਆਂ ਦੀ ਮਨ ਦੀ ਖੁਸ਼ੀ ਹੈ ਨਾ, ਮੈਂ ਇੱਥੇ ਖੁਸ਼ ਰਹਿਣਾ ਉੱਥੇ ਰੱਖੋ। ਪੜ੍ਹੇ ਲਿਖੇ ਬੱਚੇ ਨੂੰ ਇੰਨੇ ਕਮਲੇ ਨਹੀਂ ਹੈਗੇ, ਉਹਨਾਂ ਨੂੰ ਪਤਾ ਸਾਡੀ ਜ਼ਿੰਦਗੀ ਦੀ ਲਾਈਫ ਹੈ, ਸਾਨੂੰ ਆਹ ਚੰਗੀ ਲੱਗਦੀ, ਅਸੀਂ ਇੱਥੇ ਹੀ ਰਹਿਣਾ। ਕਹੋ ਕੋਈ ਨਹੀਂ ਬੇਟੇ, ਅਸੀਂ ਤੁਹਾਡੇ ਪਿੱਛੇ ਹਾਂ। ਇਹਨਾਂ 'ਚ ਬੱਚੇ ਦਾ ਮਨ ਖੁਸ਼ ਕਰਨਾ ਤਾਂ ਵਿਆਹ ਹੁੰਦਾ ਹੀ, ਮਾਂ ਬਾਪ ਆਪਣਾ ਫਰਜ਼ ਦੂਰ ਕਰੇ ਤੇ ਜੋ ਅੜਿੱਚਣੇ ਪਾਓਗੇ ਤਾਂ ਬੱਚਿਆਂ ਦੀ ਪਰੇਸ਼ਾਨੀ, ਬੱਚੇ ਕੁਛ ਹੋਰ ਵੀ ਕਰ ਸਕਦੇ ਨੇ, ਫਿਰ ਆਪਾਂ ਕੀ ਕਰਾਂਗੇ? ਬਹੁਤ ਵਧੀਆ, ਥੈਂਕ ਯੂ ਸੋ ਮਚ ਆਂਟੀ ਜੀ। ਸੋ ਆਂਟੀ ਜੀ ਦਾ ਕਹਿਣਾ ਹੈ ਕਿ ਬੱਚਿਆਂ ਦੇ ਨਾਲ ਰਲ ਕੇ ਚਲੋ, ਐਂਡ ਟਰੱਸਟ ਦੈਮ, ਜਿਵੇਂ ਮਨੀ ਜੀ ਨੇ ਵੀ ਕਿਹਾ ਸੀ ਕਿ ਟਰੱਸਟ ਦੈਮ, ਦੇ ਆਰ ਸਮਾਰਟ ਪੀਪਲ ਐਂਡ ਆਪਣਾ ਉਹੀ। ਔਰ ਬੱਚਿਆਂ ਨੂੰ ਵੀ ਇਹੀ ਕਹਾਂਗੇ ਕਿ ਆਪਣੀ ਜਿਹੜੀ ਤੁਹਾਡਾ ਪਰਸਨਲ ਰਿਲੇਸ਼ਨਸ਼ਿਪ ਹੈ ਨਾ, ਉਹਦੇ ਵਿੱਚ ਕਿਸੇ ਨੂੰ ਨਾ ਪਾਓ। ਹੁਣ ਬਾਅਦ ਵਿੱਚ ਸੀਕ੍ਰੇਸੀ ਦੇ ਜਿਹੜੀ ਅਸੀਂ ਡਿਫਰੈਂਸ ਹੁੰਦਾ ਨਾ, ਮੈਂ ਹਮੇਸ਼ਾ ਕਹਾਂਗੀ ਕਿ ਸੀਕ੍ਰੇਸੀ ਨਹੀਂ ਹੋਣੀ ਚਾਹੀਦੀ, ਬਟ ਪ੍ਰਾਈਵੇਸੀ ਜ਼ਰੂਰੀ ਹੈ। ਤੁਹਾਨੂੰ ਹੱਕ ਹੈ ਕੁਛ ਕੁਛ ਜਿਹੜੇ ਰਿਲੇਸ਼ਨਸ਼ਿਪਸ ਦੇ ਵਿੱਚ ਕਿ ਤੁਹਾਡਾ ਪ੍ਰਾਈਵੇਟ ਆਪਸ ਵਿੱਚ ਕੀ ਹੈਗਾ, ਸੋ ਕੀਪ ਐਵਰੀਬਡੀ ਐਲਸ ਆਊਟ ਆਫ ਇਟ ਐਂਡ ਸੀਕ੍ਰੇਸੀ ਡੈਫੀਨੇਟਲੀ। ਉਹ ਡਿਫਰੈਂਸ ਕੀ ਹੈ ਕਿ ਸੀਕ੍ਰੇਸੀ ਦੇ ਵਿੱਚ ਅਗਰ ਤੁਹਾਨੂੰ ਕੋਈ ਪਤਾ ਲੱਗਦਾ ਤੁਸੀਂ ਸੀਕ੍ਰੇਟ ਹੋ, ਇਹਦਾ ਮਤਲਬ ਉਹ ਗਲਤ ਹੈ, ਤੁਸੀਂ ਛੁਪਾਉਂਦੇ ਹੋ ਕਿਉਂਕਿ ਉਹ ਗਲਤ ਹੈ। ਪਰ ਪ੍ਰਾਈਵੇਸੀ ਦੇ ਵਿੱਚ ਯੂ ਨੋ ਯੂ ਹਾਈਡਿੰਗ ਬਿਕੋਜ਼ ਯੂ ਵਾਂਟ ਟੂ ਕੀਪ ਇਟ ਪਰਸਨਲ, ਸੋ ਉਹ ਡਿਫਰੈਂਸ ਜ਼ਰੂਰ ਸਮਝਣਾ ਚਾਹੀਦਾ। ਬਿਕੋਜ਼ ਉਹੀ ਜਿਵੇਂ ਬੜੀਆਂ ਸਾਰੀਆਂ ਪ੍ਰੋਬਲਮ ਸਾਡੇ ਤੱਕ ਪਹੁੰਚਦੀਆਂ ਜਦੋਂ ਬੱਚੇ ਆਪ ਰਿਲੇਸ਼ਨਸ਼ਿਪਸ ਨੂੰ ਇੰਡੀਪੈਂਡੈਂਟਲੀ ਸੰਭਾਲ ਨਹੀਂ ਸਕਦੇ। ਸੋ ਜਸਟ ਰਿਮਾਈਂਡਿੰਗ ਦੈਟ, ਕਿਉਂਕਿ ਸਾਡੇ ਕੋਲ ਕੇਸਿਸ ਆਉਂਦੇ ਆ, ਨਥਿੰਗ ਟੂ ਡੂ ਵਿਦ ਯੂ ਜਿਹੜਾ ਪੁੱਛ ਰਹੇ ਨੇ, ਬਟ ਹਾਂ ਓਪਨ ਹੋਣਾ ਅੱਛੀ ਗੱਲ ਹੈ, ਆਪਣੀ ਕੌਨਸ਼ੀਅਸ ਵੀ ਕਲੀਅਰ ਹੁੰਦੀ ਹੈ। ਬਾਕੀ ਯੂ ਨੋ ਬੜੇ ਸਾਰੇ ਓਪੀਨੀਅਨਸ ਆਈਆਂ ਜਿਹੜੀਆਂ ਕਿ ਬਹੁਤ ਹੀ ਅੱਛੀ ਤਰ੍ਹਾਂ, ਮੈਨੂੰ ਆਈ ਰੀਅਲੀ ਲਾਈਕ ਇਟ ਕਿ ਡਿਫਰੈਂਟ ਪਰਸਪੈਕਟਿਵਸ ਮਿਲਦੇ ਹੈ। ਔਰ ਤੁਹਾਨੂੰ ਮਾਂ ਬੇਟੀ ਨੂੰ ਜ਼ਰੂਰ ਇਹ ਮਿਲਿਆ ਹੋਣਾ ਕਿ ਹਾਂ ਸਾਰੇ ਹੀ ਵੱਡੇ ਇੰਝ ਸੋਚ ਰਹੇ ਨੇ, ਸਾਰੇ ਹੀ ਯੰਗ ਇਸ ਤਰ੍ਹਾਂ ਸੋਚ ਰਹੇ ਨੇ, ਪਰ ਅਲਟੀਮੇਟਲੀ ਤੁਸੀਂ ਕੀ ਕਰਨਾ ਕਿ ਇੱਕ ਤਾਂ ਵੱਡਿਆਂ ਨੇ ਭਾਰ ਘੱਟ ਲੈਣਾ, ਡੋਂਟ ਬੀ ਸਟ੍ਰੈਸਡ ਆਊਟ ਕਿ ਕੁੜੀਆਂ ਦੇ ਹੈਗੇ ਆ ਅਤੇ ਹਾਂ ਕੁੜੀਆਂ ਦਾ ਪਤਾ ਲੱਗਦਾ ਅਤੇ ਰਿਸ਼ਤੇ ਮੁੜ ਜਾਂਦੇ ਆ, ਹੁਣ ਮੁੜਦੇ ਆ ਤਾਂ ਮੁੜਨ, ਅੱਛਾ ਰਿਲੇਸ਼ਨਸ਼ਿਪ ਕੋਈ ਜ਼ਰੂਰ ਮਿਲੇਗਾ ਜਿਹੜਾ ਕਿ ਨਿਭੇਗਾ। ਯੂ ਨੋ ਇਹ ਉਹ ਗੱਲ ਹੈ ਕਿ ਹੁਣ ਦੇ ਵਾਸਤੇ ਤੁਸੀਂ ਇੰਨਾ ਫਿਕਰ ਨਾ ਕਰੋ, ਔਰ ਕੋਈ ਨਹੀਂ ਮੁੜਦਾ, ਇਹ ਸਾਰੀਆਂ ਚੀਜ਼ਾਂ ਐਕਸਪੈਕਟਿਡ ਹੈ ਇਸ ਵੇਲੇ। ਐਂਡ ਯੰਗਸਟਰਸ ਨੂੰ ਜ਼ਰੂਰ ਇਹ ਮੈਸੇਜ ਹੈ ਕਿ ਪੇਰੈਂਟਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹ ਕਿੱਥੋਂ ਆ ਰਹੇ ਹੈ, ਉਹਨਾਂ ਨੇ ਇਹ ਚੀਜ਼ ਦੇਖੀ ਨਹੀਂ। ਕਹਿੰਦੇ ਨਾ ਕਿ ਉਹ ਉਸ ਪਾਸੇ ਦੀ ਗੱਲ ਸਮਝ ਵੀ ਨਹੀਂ ਪਾਉਣਗੇ, ਬਹੁਤ ਮੁਸ਼ਕਿਲ ਹੈ ਉਹਨਾਂ ਨੂੰ ਅੰਡਰਸਟੈਂਡ ਕਰਨਾ ਹੋ ਕਿ ਉਹ ਤੁਸੀਂ ਜਿਹੜਾ ਵਰਲਡ ਹੈ, ਤੁਸੀਂ ਕੁੜੀਆਂ ਮੁੰਡਿਆਂ ਦਾ ਅੱਜ ਦਾ ਵਰਲਡ ਹੈ, ਉਹ ਕਿਸ ਤਰ੍ਹਾਂ ਦਾ ਹੈ, ਕਿਉਂਕਿ ਉਹ ਬਹੁਤ ਦੂਰ ਹੋ ਚੁੱਕਾ ਹੈ, ਬਹੁਤ ਡਿਫਰੈਂਸ ਆ ਚੁੱਕਾ ਹੈ ਉਸ ਚੀਜ਼ ਦੇ ਵਿੱਚ। ਸੋ ਯੂ ਨੋ ਇਫ ਯੂ ਥਿੰਕ ਕਿ ਹਾਂ ਤੁਸੀਂ ਦੱਸਣਾ ਹੈ, ਜ਼ਰੂਰ ਦੱਸੋ, ਬਟ ਉਹੀ ਆਪਣੇ ਪਾਰਟਨਰ ਨੂੰ ਕਦੀ ਵੀ ਉਸ ਚੀਜ਼ ਨਾਲ ਯੂ ਨੋ ਬਾਰ ਬਾਰ ਦੱਸ ਕੇ ਅਨੋਏ ਨਹੀਂ ਕਰਨਾ ਚਾਹੀਦਾ, ਟੋਰਚਰ ਨਹੀਂ ਕਰਨਾ ਚਾਹੀਦਾ। ਆਪਣੀਆਂ ਡਿਟੇਲਸ ਨਹੀਂ ਦੱਸੋ, ਕੋਈ ਇੰਟੀਮੇਟ ਡਿਟੇਲਸ ਨਹੀਂ ਦੱਸੋ, ਬਟ ਦੱਸਣਾ ਕਿ ਰਿਲੇਸ਼ਨਸ਼ਿਪ ਸੀਗਾ ਔਰ ਕਿਉਂ ਵਰਕਆਊਟ ਨਹੀਂ ਕੀਤਾ। ਇਜ਼ ਆਲਵੇਜ਼ ਗੁੱਡ ਟੂ ਓਪਨ ਅਪ ਕਮਿਊਨੀਕੇਸ਼ਨ ਐਂਡ ਆਈ ਥਿੰਕ ਕਿ ਆਪਣਾ ਵੀ ਪਰਸਨਲਾਈਜ਼ ਕੁਛ ਇਸ ਤਰ੍ਹਾਂ ਦਾ ਸ਼ੇਅਰ ਕਰਨਾ, ਉਹ ਰਿਲੇਸ਼ਨਸ਼ਿਪ ਔਰ ਨੋਟ ਰਿਲੇਸ਼ਨਸ਼ਿਪ, ਪਾਸਟ ਵਿੱਚ ਕੁਛ ਵੀ ਕਿ ਮੈਂ ਇੰਜ ਕਰਦੀ ਸੀ ਐਂਡ ਨਾਓ ਆਈਵ ਓਵਰਕਮ ਦੈਟ, ਆਈ ਫੀਲ ਇਟ ਇਜ਼ ਅ ਗੁੱਡ ਸਾਈਨ, ਕਿਉਂਕਿ ਉਹਦੇ ਵਿੱਚ ਤੁਸੀਂ ਯੂ ਨੋ ਇੱਕ ਪਰਸਨਲ ਗਰੋਥ ਦੀ ਨਿਸ਼ਾਨੀ ਦਿਖਦੀ ਹੈ, ਐਂਡ ਵਿਚ ਇਜ਼ ਆਲਵੇਜ਼ ਦਾ ਗ੍ਰਾਫ ਗੋਜ਼ ਅਪ। ਸੋ ਅੱਜ ਵਾਸਤੇ ਇੰਨਾ ਹੀ, ਥੈਂਕ ਯੂ ਸੋ ਮਚ ਫੋਰ ਆਸਕਿੰਗ ਦਿਸ ਕੁਸ਼ਚਨ ਐਂਡ ਥੈਂਕ ਯੂ ਟੂ ਆਲ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ। ਸਾਰਿਆਂ ਦੀਆਂ ਓਪੀਨੀਅਨਸ ਬਹੁਤ ਯੂ ਨੋ ਵੈਲਿਊਬਲ ਹੈਗੀਆਂ, ਸੋ ਆਲਵੇਜ਼ ਕੀਪ ਕਾਲਿੰਗ। ਅਸੀਂ ਦੇਖਿਆ ਕਿ ਬੜੀਆਂ ਸਾਰੀਆਂ ਚੀਜ਼ਾਂ ਸਾਡੀਆਂ ਹੀ ਜਿਹੜੀਆਂ ਓਪੀਨੀਅਨਸ ਹੈ ਕਈ ਵਾਰੀ ਡਿਫਰੈਂਟ ਹੁੰਦੀਆਂ, ਔਰ ਓਵਰ ਦਾ ਟਾਈਮ ਅਸੀਂ ਬਦਲ ਚੁੱਕੇ ਹਾਂ। ਇਹਨਾਂ 10 ਸਾਲਾਂ 'ਚ ਅਸੀਂ ਬੜੀਆਂ ਸਾਰੀਆਂ LGBTQ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਉਹ ਸਾਰੇ ਤੁਸੀਂ ਦੇਖੋਗੇ। ਪੁਰਾਣੇ ਸ਼ੋਅ 'ਚ ਅਸੀਂ ਕੁਛ ਸੋਚਦੇ ਸੀ, ਫਿਰ ਅਸੀਂ ਯੂ ਨੋ ਵੀ ਹੈਵ ਗਰੋਨ ਟੁਗੈਦਰ, ਦਿਸ ਗਰੁੱਪ ਹੈਜ਼ ਗਰੋਨ ਟੁਗੈਦਰ ਅਲੋਟ। ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਬੜਾ ਜ਼ਰੂਰੀ ਹੈ ਕਿ ਆਪਣੇ ਮਨ ਦੀ ਗੱਲ ਇੱਥੇ ਕਵੋ ਜ਼ਰੂਰ। ਡੋਂਟ ਥਿੰਕ ਕਿ ਮੇਰੀ ਗੱਲ ਬਾਕੀਆਂ ਨਾਲ ਡਿਫਰੈਂਟ ਹੈ ਅਤੇ ਮੈਂ ਨਾ ਕਵਾਂ, ਬਟ ਕਵੋ ਜ਼ਰੂਰ।
ਉਹ ਬੜਾ ਇੰਪੋਰਟੈਂਟ ਪਾਰਟ ਹੈ ਸਾਡੇ ਸਾਰਿਆਂ ਦੀ ਜਿਹੜੀ ਗਰੋਥ ਹੈ, ਕੌਨਸ਼ੀਅਸਨੈਸ ਦੀ ਗਰੋਥ ਹੈ ਸਾਡੀ ਉਹਦੇ ਵਾਸਤੇ। ਸੋ ਥੈਂਕ ਯੂ ਸੋ ਮੱਚ ਫੋਰ ਆਲ ਦੈਟ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।